ਜਸ ਪੰਜਾਬੀ ਦੇਖਦੇ ਸਾਰੇ ਦਰਸ਼ਕਾਂ ਦਾ ਪਿਆਰ ਭਰਾ ਸਤਿ ਸ਼੍ਰੀ ਅਕਾਲ। ਮੈਂ ਹਾਂ ਆਸ਼ਮਿਤਾ ਐਂਡ ਤੁਸੀਂ ਵੇਖ ਰਹੇ ਹੋ ਵਿੱਚ ਦੁਨੀਆ ਸੇਵ ਕਮਾਈਏ। ਅੱਜ ਆਪਾਂ ਪਹੁੰਚੇ ਹਾਂ ਵੈਸਟ ਲੇਕ ਓਹਾਇਓ ਵਿੱਚ, ਕੰਟਰੀ ਦੇ ਬਿਲਕੁਲ ਸੈਂਟਰ ਪੁਆਇੰਟ 'ਤੇ। ਇੱਥੇ ਇੰਨੀ ਪਿਆਰ ਭਰੀ ਕਮਿਊਨਿਟੀ ਹੈਗੀ ਜਿਨ੍ਹਾਂ ਨੇ ਪੰਜਾਬ ਦੀ ਸਫਲਤਾ ਲਈ ਅਤੇ ਜੋ ਪੰਜਾਬ ਵਿੱਚ ਐਜੂਕੇਸ਼ਨ ਦੀ ਹੁਣ ਪੁਕਾਰ ਆਈ ਹੈ ਉਹਨੂੰ ਅੱਗੇ ਲਿਜਾਣ ਲਈ ਸਪੋਰਟ ਕੀਤੀ। ਇੱਥੇ ਪੂਰੀ ਕਮਿਊਨਿਟੀ ਜੁੜੀ ਹੋਈ ਹੈ ਇੱਕ ਇਸ ਤਰ੍ਹਾਂ ਦੀ ਸੰਸਥਾ ਨਾਲ ਜੋ ਪੰਜਾਬ ਵਿੱਚ ਇਹੋ ਹੀ ਕੰਮ ਕਰ ਰਿਹਾ। ਐਂਡ ਅੱਜ ਆਪਾਂ ਇੱਕ ਸੇਵਾਦਾਰ ਜੀ ਦੇ ਘਰ ਪਹੁੰਚੇ ਹਾਂ, ਉਹਨਾਂ ਦਾ ਨਾਂ ਹੈਗਾ ਸੁਬਿੰਦਰ ਪਾਲ ਸਿੰਘ ਰੈਣਾ ਅਤੇ ਉਹਨਾਂ ਦੀ ਮਿਸਿਸ ਸਤਨਾਮ ਕੌਰ ਰੈਣਾ ਜੀ, ਅਤੇ ਉਹਨਾਂ ਦੇ ਨਾਲ ਆਪਾਂ ਥੋੜ੍ਹੀ ਜਿਹੀ ਗੱਲਾਂ ਸਾਂਝੀਆਂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਇਸ ਪ੍ਰੋਗਰਾਮ ਵਿੱਚ ਅਤੇ ਥੈਂਕ ਯੂ ਕਿ ਤੁਸੀਂ ਸਾਨੂੰ ਇੱਥੇ ਸੱਦਿਆ ਅਤੇ ਸਾਡੇ ਨਾਲ ਦੋ ਪਲ ਸਾਂਝੇ ਕੀਤੇ ਇਸ ਗੱਲ ਲਈ। ਡਾਕਟਰ ਰੈਣਾ, ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹਾਂਗੀ ਕਿ ਸਾਡੀ ਆਡੀਅੰਸ ਨੂੰ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ, ਤੁਸੀਂ ਕਦੋਂ ਇੱਥੇ ਆਏ ਅਤੇ ਤੁਹਾਡਾ ਪਿਛੋਕੜ ਕਿੱਥੋਂ ਪੈਂਦਾ ਹੈ ਪੰਜਾਬ ਵਿੱਚ? ਜੀ, ਸਭ ਤੋਂ ਪਹਿਲਾਂ ਤਾਂ ਮੈਂ ਉਸ ਪਰਮਾਤਮਾ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਕਿ ਜਿਹਨਾਂ ਨੂੰ ਸਾਨੂੰ ਕਿ ਇੱਕ ਇਹ ਹਿਊਮਨ ਬੀਇੰਗ ਦਾ ਇੱਕ ਜਨਮ ਦਿੱਤਾ ਹੈ। ਉਸ ਤੋਂ ਬਾਅਦ ਮੈਂ ਆਪਣੇ ਪੇਰੈਂਟਸ ਤੋਂ ਸ਼ੁਰੂ ਕਰਦਾ ਕਿ ਸਾਡਾ ਜਿਹੜਾ ਜਨਮ ਇੱਕ ਸਿੱਖੀ ਘਰ ਵਿੱਚ ਹੋਇਆ, ਪਰਿਵਾਰ 'ਚ ਹੋਇਆ, ਅਤੇ ਉਹ ਮੈਂ ਬਹੁਤ ਧੰਨਵਾਦੀ ਆ ਉਸ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਦਾ। ਅਤੇ ਅਸੀਂ ਮੇਰਾ ਜਨਮ ਜੰਮੂ ਦੇ ਨਦੀ ਇੱਕ ਪਿੰਡ ਹੈ, ਉਸਨੂੰ ਭਾਰਕ ਕਹਿੰਦੇ, ਅਸੀਂ ਪੌਣੀ ਭਾਰਕ ਉੱਥੇ ਹੋਇਆ ਸੀ 1956 ਵਿੱਚ। ਅਤੇ ਉਸ ਤੋਂ ਉਪਰੰਤ ਅਸੀਂ ਉੱਥੇ ਹਾਈ ਸਕੂਲ ਕੀਤਾ, ਉੱਥੇ ਫਿਰ ਅਸੀਂ ਕਾਲਜ ਪੜ੍ਹੇ, ਫਿਰ ਉਸ ਤੋਂ ਬਾਅਦ ਮੈਂ ਵੈਟਨਰੀ ਕਾਲਜ ਚਲੇ ਗਿਆ ਉੱਥੇ ਕੇਰਲਾ, ਅਤੇ ਉੱਥੇ ਮੈਂ ਵੈਟਨਰੀ ਕੀਤੀ, ਆਪਣੇ 4 ਸਾਲ ਦੀ ਡਿਗਰੀ ਸੀ ਉਹ ਕੀਤੀ। ਅਤੇ ਉਸ ਤੋਂ ਉਪਰੰਤ ਮੈਂ ਉੱਥੇ ਇੰਡੀਆ ਵਿੱਚ ਹੀ ਨੌਕਰੀ ਕੀਤੀ 7 ਸਾਲ, ਉਸ ਤੋਂ ਬਾਅਦ ਮੈਂ ਇੱਥੇ ਆਇਆ ਸੀ ਫਿਰ। ਅਤੇ ਉਸ ਤੋਂ ਉਪਰੰਤ ਫਿਰ ਅਸੀਂ ਇੱਥੇ ਵੀ ਆ ਕੇ ਫਿਰ ਮੈਂ ਪੜ੍ਹਾਈ ਕੀਤੀ, ਫਿਰ ਦੁਬਾਰਾ ਫਿਰ ਮੈਂ ਆਪਣਾ ਲਾਇਸੈਂਸ ਲਿਆ। ਫਿਰ ਓਹਾਇਓ ਵਿੱਚ ਮੈਂ 1992 ਤੋਂ ਲਾਇਸੈਂਸ ਲਿਆ ਕੇ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਸੀ, ਮਤਲਬ ਵੈਟਨਰੀ ਪ੍ਰੋਫੈਸ਼ਨ ਸ਼ੁਰੂ ਕੀਤਾ ਸੀ। ਅਤੇ ਉਸ ਤੋਂ ਬਾਅਦ 1999 ਵਿੱਚ ਮੈਂ ਫਿਰ ਆਪਣਾ ਹਸਪਤਾਲ ਖੋਲ੍ਹਿਆ ਸੀ, ਅਤੇ ਉਹਦੇ ਬਾਅਦ ਅਸੀਂ ਫਿਰ ਇੱਥੇ ਹੀ ਆਏ ਸੀ। ਅਤੇ ਸਤੀ ਜੀ, ਤੁਸੀਂ ਵੀ ਡਾਕਟਰ ਸਾਹਿਬ ਦੇ ਨਾਲ ਮਤਲਬ ਉਸੇ ਟਾਈਮ ਤੋਂ ਇੱਥੇ ਓਹਾਇਓ ਵਿੱਚ ਹੈਗੇ? ਹਾਂਜੀ, 85 ਤੋਂ। ਫਿਰ ਵੀ ਗੈਟ ਮੈਰਿਡ 86, ਦੈਨ ਹੀ ਕੇਮ 87, ਸਿੰਸ ਵੀ ਆਰ ਹੇਅਰ ਕਲੀਵਲੈਂਡ। ਅਤੇ ਆਪਣੀ ਜੋ ਕਲੀਵਲੈਂਡ ਦੀ ਆਪਣੀ ਪੰਜਾਬੀ ਕਮਿਊਨਿਟੀ ਹੈਗੀ ਇੱਥੇ, ਤੁਸੀਂ ਉਹਨਾਂ ਨੂੰ ਕਿੱਦਾਂ ਡਿਸਕ੍ਰਾਈਬ ਕਰੋ, ਕਿੱਦਾਂ ਕਿੰਨੀ ਸਟਰੋਂਗ ਕਮਿਊਨਿਟੀ ਹੈਗੀ ਪੰਜਾਬੀਆਂ ਦੀ? ਨਹੀਂ ਜੀ, ਬਹੁਤ ਅੱਛੀ ਕਮਿਊਨਿਟੀ ਹੈ, ਅਗਰ ਉਹਦੇ ਨਾਲ ਤੁਸੀਂ ਚੰਗੀ ਤਰ੍ਹਾਂ ਪੂਰਾ ਐਕਸਪਲੇਨ, ਦੇ ਆਰ ਵੈਲ ਐਜੂਕੇਟਡ ਹੇਅਰ, ਬਟ ਦੇ ਹੈਡ ਅ ਲਾਟ ਆਫ ਕੁਐਸਚਨ, ਦੈਨ ਇਫ ਵੀ ਐਕਸਪਲੇਨ ਦੈਮ ਦੇ ਆਰ ਫੀਲ ਓਕੇ, ਪਰ ਵੀ ਨੀਡ ਮੋਰ ਟਾਈਮ ਟੂ ਟੀਚ ਦੈਮ ਅਬਾਊਟ ਬੜੂ ਸਾਹਿਬ, ਯੂ ਨੋ ਸੰਸਥਾ, ਦੈਨ ਮੁਕਤਾ ਭੈਣ ਜੀ ਜੀ ਆਉਂਦੇ ਨੇ, ਉਹ ਵੀ ਦੱਸਦੇ ਨੇ, ਪਰ ਸਮ ਕਮਿਊਨਿਟੀ ਪੀਪਲ ਇਜ਼ ਨਾਟ ਅਵੇਅਰ ਅਬਾਊਟ ਦਿਸ ਵਨ, ਬਟ ਵੀ ਸਟਿਲ ਟਰਾਇੰਗ ਟੂ ਡੂ ਇਟ। ਇਸ ਤਰ੍ਹਾਂ ਕਿ ਜਿਹੜੇ ਵੀ ਸਾਡੇ ਨਾਲ ਜੁੜੇ ਹਨ, ਤੋ ਦੇ ਆਰ ਡੂਇੰਗ ਵੈਰੀ ਗ੍ਰੇਟ ਜੋਬ, ਦੇ ਹੈਲਪਿੰਗ ਅਸ, ਯੂ ਨੋ, ਫਰੋਮ ਦਾ ਕੋਰ ਆਫ ਦੇ ਹਾਰਟ। ਅਤੇ ਅਸੀਂ ਹੋਰ ਕੋਸ਼ਿਸ਼ ਕਰ ਰਹੇ ਹਾਂ ਕਿ ਬਾਕੀ ਨੂੰ ਇਹਦੇ ਬਾਰੇ ਪਤਾ ਚੱਲੇ, ਦੇ ਸ਼ੁਡ ਨੋ ਮੋਰ ਅਵੇਅਰਨੈਸ ਅਬਾਊਟ ਦਾ ਬੜੂ ਸਾਹਿਬ, ਕਿ ਇਹ ਵਾਕਈ ਵੀ ਬੱਚਿਆਂ ਦਾ ਇਹ ਭਲਾਈ ਲਈ ਕੰਮ ਕਰ ਰਹੇ ਹਨ, ਅਤੇ ਉਹ ਵੀ ਸਾਡੇ ਨਾਲ ਜੁੜਨ ਅਤੇ ਸਪੋਰਟ ਕਰਨ। ਅਤੇ ਡਾਕਟਰ ਸਾਹਿਬ, ਤੁਸੀਂ ਓਬਵੀਅਸਲੀ ਤੁਹਾਡੀ ਪ੍ਰੈਕਟਿਸ ਹੈਗੀ ਸਕਸੈਸਫੁਲ ਪ੍ਰੈਕਟਿਸ ਹੈ ਮੈਡੀਕਲ ਫੀਲਡ ਵਿੱਚ, ਵੈਟਨਰੀ ਫੀਲਡ ਵਿੱਚ, ਇੱਥੇ ਤੁਹਾਨੂੰ ਐਜੂਕੇਸ਼ਨ ਦਾ ਵੈਲਿਊ ਅਤੇ ਉਹਦੀ ਇੰਪੋਰਟੈਂਸ ਦੇ ਬਾਰੇ ਕੁਛ ਪਤਾ ਹੈ, ਅਤੇ ਉਸ ਐਜੂਕੇਸ਼ਨ ਦੀ ਕੀ ਇੰਪੋਰਟੈਂਸ ਹੈ ਪੰਜਾਬ ਨੂੰ ਪ੍ਰੋਗਰੈਸ ਦਿਖਾਉਣ ਲਈ ਤੁਹਾਡੇ ਖਿਆਲ 'ਚ? ਦੇਖੋ ਜੀ, ਅੱਜ ਕੱਲ੍ਹ ਜਿਹੜਾ ਯੁੱਗ ਆ ਉਹ ਸਾਇੰਟੀਫਿਕ ਯੁੱਗ ਹੈ, ਉਹਦੇ ਐਜੂਕੇਸ਼ਨ ਸਭ ਤੋਂ ਆਉਂਦੀ ਹੈ ਫਸਟ, ਕਿ ਅਸੀਂ ਐਜੂਕੇਟ ਹੋਵਾਂਗੇ ਤਾਂ ਕੁਛ ਕਰ ਸਕਾਂਗੇ। ਹੁਣ ਕੰਪਿਊਟਰ ਸਾਇੰਸ ਦਾ ਯੁੱਗ ਆ ਗਿਆ, ਕੰਪਿਊਟਰ ਉਹਦੇ ਤੁਹਾਨੂੰ ਸਾਇੰਸ ਚਾਹੀਦੀ, ਤੁਹਾਨੂੰ ਟੈਕਨੋਲੋਜੀ ਚਾਹੀਦੀ ਹੈ, ਐਜੂਕੇਸ਼ਨ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਅਸੀਂ ਐਜੂਕੇਸ਼ਨ 'ਤੇ ਅਸੀਂ ਹੁਣ ਗੱਲਾਂ ਕਰਦੇ ਹਾਂ, ਐਜੂਕੇਸ਼ਨ ਹੋ ਜਾਏਗੀ, ਉਹ ਨਹੀਂ ਹੁੰਦੀ। ਹੁਣ ਜਿਸ ਤਰ੍ਹਾਂ ਬੜੂ ਸਾਹਿਬ ਉਪਰਾਲਾ ਕਰ ਰਹੇ ਨੇ, ਕੋਸ਼ਿਸ਼ ਕਰ ਰਹੇ ਹਨ ਕਿ ਸਕੂਲ ਖੋਲ੍ਹ ਕੇ, ਜਿਸ ਸਮੇਂ ਪਿੰਡਾਂ ਵਿੱਚ ਦੂਰ ਦੂਰ ਏਰੀਏ ਵਿੱਚ, ਫਾਰ ਫਲੰਗ ਏਰੀਆਸ ਪਿੰਡਾਂ ਵਿੱਚ, ਜਿੱਥੇ ਕਿ ਐਜੂਕੇਸ਼ਨ ਦੀ ਬਹੁਤ ਲੋੜ ਹੈ, ਉੱਥੇ ਬੱਚੇ ਐਸੇ ਹੈਗੇ ਜਿਹੜੇ ਗਰੀਬੀ ਹੈਗੇ, ਅਫੋਰਡ ਨਹੀਂ ਕਰ ਸਕਦੇ ਐਜੂਕੇਸ਼ਨ, ਅਤੇ ਉੱਥੇ ਉਹ ਮਤਲਬ ਕਿ ਵਧੀਆ ਐਜੂਕੇਸ਼ਨ ਦੇ ਕੇ ਉਹਨਾਂ ਬੱਚਿਆਂ ਨੂੰ ਪੜ੍ਹਾਇਆ ਜਾਏ ਤਾਂ ਕਿ ਉਹ ਅੱਗੇ ਆ ਸਕਣ, ਅਤੇ ਫਿਰ
अगे आ के कुछ कर सकन, जिसले वो बड़े होन ऑफिसर बनन कोई अच्छी डिग्री अच्छे ओहदे ते बैठन अच्छे फिर वो मतलब के अच्छे काम कर सकन ते अपने मुल्क नु जेड़ा पंजाब दी डेवलपमेंट कर सकन अगे लिया सकन। ते बड़ू साहब संस्था दी जदों आपां गल करदे आं तुहाडा स्पेसिफिकली दोनों दा इस ऑर्गेनाइजेशन नाल कदों संबंध जुड़िया? ये काफ़ी देर तू मेरा ख्याल कोई 10 साल हो गए रहे कि बाबा जी इतने आते सी या मुक्ता भैन जी आते सी तो इन्हों थ्रू फिर आते सी गलबात होंगी रही सी फिर इन्होंने साड़ी काफ़ी आना जाना हो गया फिर वो क्लोजनैस हो गई फिर साढ़े मतलब कि अपने को स्टे करते रहे आते रहे वो फिर बाबा जी भी आए थे एक दफा तो उदा साड़ी होर क्लोजनैस हो गई फिर असी इन्हों बड़ा नज़दीकों देखा अंडरस्टैंड किया कि बाकी इस चीज़ जे ये काम कर रहे हैं ये साढ़े साड़े का सहयोग की बहुत लड़ है वो असी क्या माली सहयोग फाइनैशियल यूनो उस सपोर्ट की बहुत लड़ है सो फिर असी फिर जरा मैं काफ़ी जुड़ गया फिर काफ़ी दिल उत्साह से चलो असी भी कोई अपना दसवन करके कुछ चंगे काम किसी चंगे पासे लाइए वो फिर असी इन्हों फिर जुड़ गए फिर मैं जिन्ना साढ़े को हो सके तिल फूल साढ़े तिल फूल कहते हैं जो सपोर्ट दसवन कहते हैं सो वी ट्राई टू यू नो सपोर्ट दैम विद दैट। तो सत्ती जी तुसी मैनू दस रहे सी रिकॉर्डिंग शुरू होने तो पहले दैट डॉक्टर साहब दा संस्था दे नाल सपोर्ट सीगी काफ़ी साल फिर उस तो बाद तुसी ओदे नाल इनवॉल्व होए ते ओदे बारे थोड़ा जिहा दसो सानू। एक्चुअली ये जो डॉक्टर साहब संस्था नाल होए से आई डोंट नो अबाउट 3-4 years यू नो व्हाट्स गोइंग ऑन। फिर जो इंडिया तू रूबी वीर जी बड़ू साहब दे आए तो उन्होंने कुछ प्रेजेंट लिया इन्हों दिता मैं समझ नहीं आई मैं सोचा इस तरह आए होने पहली बार पर ऑलरेडी 3-4 साल दे जुड़े दे संस्था दा फिर आई फील प्राउड ऑफ फिर उस तो बाद फिर पता लग गया सब कुछ बड़ा सोहना हो रहा चल रहा फैमिली बिच दुख सुख जी इस संस्था नाल जुड़े दा रब आपे तुहानू सब साथ देंदा एक रब आंदा नहीं आपे जिस तरह रब दे बंदे कुछ करवांदा रब ना तो दैट इज आई फील इट। अच्छा जी तो इन्ने साल बाद तुहानू लगता है कि जो तुहाडा ख्वाहिश सीगी ओरिजिनली कि इस संस्था नाल जुड़ के आपां पंजाब ले या नैक्सट जो अपनी पीढ़ी हैगी उहनां लई कुछ करना चाहते वो तुसी फील करदे हो कि तुसी कर पाए हो इन्ने साल? हाँ जी बिल्कुल ही असीं फील करदे हां कि वी आर प्राउड ऑफ दैट वी आर हेल्पिंग द किड्स और वो बच्चे जिन्हां दी लोड़ वध ने और जिन्हां एजुकेशन दी लोड़ है देखो तुसीं तां बच्चे पढ़ाई आरफन भी हैगे ने माने माता पिता नहीं हैगे तो जाओ जो फार्मर है जो कि बिल्कुल ही तुम्हें पता कि पंजाबी सुसाइड किन्ना हो रहा है कि अफोर्ड कर ही नहीं सकते तुम उन्होंने हेल्प भी करो बच्चे थोड़े लगे मैं पता लगे काफ़ी बच्चे जोड़े ना फिर भी पढ़ते विदाउट एनी यू नो डोनेशन कंट्रीब्यूशन तो वह फिर तो सू बहुत खुशी है कि एटलीस्ट सू इस गल की खुशी है कि वी हेल्पिंग द नीडी एंड आलसो एट द सेम टाइम यू आर अपलिफ्टिंग योर कम्युनिटी यू आर अपलिफ्टिंग द यू नो चिल्ड्रन यू नो don't need the help. So, Dr. Saab and Sati ji, you know, ajkal loki jado, especially nowadays, holidays chal rahi hai, right? Then loki bada sochde hai to give back and to help, right? To do something charitable. Inni vak vak charities hai gi hain, inni organizations Punjab vich bhi kaafi kam kar rahe, but tuhade opinion vich, Badu Saab in saareyan to vakri kyun hai gi? Dekho ji, edhe vi is tarah hai ke Badu Saab jehde hain oh, जो कंट्रीब्यूशन जाती है जो करते हुए काम वो साढ़े सामने है वी कैन सी इट का इनपुट आउटपुट जो है वी कैन सी इट सो एडीवेडी कैन सी विद देयर आइज और इस ऑन द रैकर्ड कुछ छुपया नहीं है मतलब ऑल आई थिंक इज वेरी ओपन यू नो अदरवाइज से तो वो सानू बड़ी खुशी है कि मतलब कि कई संस्था ऐसी है और जिस तरह थोड़ा 1984 होया सी बहुत लोग आए थे बहुत पैसे लै गए उन्होंने जाके अपनी फैक्ट्रियां खोलतियाँ और सिखा जो नीडी सन उसके विडो सन किसी हेल्प की नहीं आई डोंट नो हो मैनी गाट हैल्प सो सारी हूँ जो असं इतना कंट्रीब्यूशन करते हैं जो भी असं पैसे देते हैं जो कुछ ही करते हैं जो थोड़ा बहुत हैगा बट तुम कहते ड्रॉप एंड ड्रॉप मेक द ओशन सो इस तरह ही होंगे सारा exactly. वो जो थोड़ा थोड़ा सारे देंगे सहयोग करते हैं
ਤੇ ਉਹ ਉਹ ਉਸ ਮਤਲਬ ਕਿ ਉਹ ਦੈਟ ਹੈਲਪਸ ਦਮ ਏ ਲੋਟ ਆਫ ਕੋਰਸ ਐਂਡ ਜੋ ਆਪਣੀ ਬਾਬਾ ਇਕਬਾਲ ਜੀ ਦੀ ਫਿਲਾਸਫੀ ਹੈਗੀ ਕਿ ਇਹਨਾਂ ਨੂੰ ਜੋ ਵੀ ਫਾਈਨੈਂਸ਼ੀਅਲ ਸਪੋਰਟ ਮਿਲਦੀ ਹੈ ਉਹਨੂੰ ਕਿਸ ਤਰ੍ਹਾਂ ਯੂਟੀਲਾਈਜ਼ ਕਰਨਾ ਤਾਂ ਕਿ ਉਹਦਾ ਸਭ ਤੋਂ ਮੈਕਸੀਮਮ ਰਿਜ਼ਲਟ ਬੱਚਿਆਂ ਨੂੰ ਜਾਂ ਜਿਨ ਲੋਕਾਂ ਨੂੰ ਉਸ ਸਪੋਰਟ ਦੀ ਲੋੜ ਹੈ ਉਹਨਾਂ ਨੂੰ ਮਿਲੇ ਰਾਈਟ ਥੋੜ੍ਹਾ ਜਿਹਾ ਸਾਨੂੰ ਉਹਨਾਂ ਦੀ ਫਿਲਾਸਫੀ ਬਾਰੇ ਦੱਸੋ ਜਿੱਦਾਂ ਤੁਹਾਨੂੰ ਪਤਾ ਹੈ ਨਹੀਂ ਦੇਖੋ ਜੀ ਬਾਬਾ ਜੀ ਮੈਂ ਇੱਕ ਗੱਲ ਸੁਣੀ ਸੀ ਮੈਨੂੰ ਇੱਕ ਨੇ ਦੱਸਿਆ ਸੀ ਕਿ ਉਹਨਾਂ ਕੋਲ ਇੱਕ ਟੂਥਬਰੱਸ਼ ਸੀ ਅਤੇ ਉਹਨਾਂ ਨੇ ਨਵਾਂ ਪੈਕਟ ਖੋਲ੍ਹ ਦਿੱਤਾ ਉਹ ਕਹਿੰਦੇ ਨੇ ਉਹ ਮੇਰਾ ਪ੍ਰਣਾਮ ਪਿਆ ਮੈਨੂੰ ਅਜੇ ਮੈਂ ਉਹ ਯੂਜ਼ ਕਰਨਾ ਵਾਈ ਯੂ ਵੇਸਟ ਮਨੀ ਸੋ ਹਿਸ ਫਿਲਾਸਫੀ ਇਜ਼ ਕਿ ਈਵਨ ਅ ਸਿੰਗਲ ਸੈਂਟ ਸ਼ੁੱਡ ਨਾਟ ਬੀ ਯੂ ਨੋ ਮਿਸਯੂਜ਼ਡ ਔਰ ਸਪੈਂਡ ਸਮਵੇਅਰ ਐਲਸ ਇਟ ਸ਼ੁੱਡ ਬੀ ਸਪੈਂਡ ਵਟ ਫਾਰ ਦਾ ਕਿਸੇ ਨੇ ਦਿੱਤੇ ਮਤਲਬ ਉੱਥੇ ਜੋ ਹੋਣ 'ਚ ਔਰ ਮੈਂ ਆਪਣੇ ਤੋਂ ਕੋਈ ਖਰਚ ਨਾ ਕਰਾਂ ਅਤੇ ਉਹਨਾਂ ਦੀ ਇਹ ਸੇਵਾ ਜੀ ਉਹ ਤਾਂ ਅਣਥਕ ਸੇਵਾ ਹੈ ਤੇ ਇੱਥੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ ਆਪਾਂ ਪਹੁੰਚੇ ਹਾਂ ਵੈਸਟ ਲੇਕ ਓਹਾਇਓ ਅਤੇ ਗੱਲ ਹੋ ਰਹੀ ਹੈ ਡਾਕਟਰ ਅਤੇ ਮਿਸਿਸ ਰੇਨਾ ਨਾਲ ਜਿਨ੍ਹਾਂ ਨੇ ਸਾਨੂੰ ਹੋਸਟ ਕੀਤਾ ਹੈ ਐਂਡ ਗੱਲ ਹੋ ਰਹੀ ਹੈ ਕਿ ਪੰਜਾਬ ਵਿੱਚ ਕੌਣ ਇੱਦਾਂ ਦੀ ਸੰਸਥਾ ਹੈ ਜੋ ਬੱਚਿਆਂ ਲਈ ਐਜੂਕੇਸ਼ਨ ਦਾ ਮਿਸ਼ਨ ਚੁੱਕ ਕੇ ਪੰਜਾਬ ਨੂੰ ਅੱਗੇ ਲੈ ਕੇ ਜਾ ਰਹੀ ਹੈ ਅਤੇ ਕਿੱਦਾਂ ਉਹ ਕੰਮ ਅੱਜ ਹੋ ਰਿਹਾ ਤੁਸੀਂ ਵੀ ਜੁੜੇ ਰਹੋ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਆਸ਼ਮਿਤਾ ਤੁਸੀਂ ਵੇਖ ਰਹੇ ਹੋ ਵਿੱਚ ਦੁਨੀਆ ਸੇਵ ਕਮਾਈਏ ਅੱਜ ਆਪਾਂ ਪਹੁੰਚੇ ਹਾਂ ਵੈਸਟ ਲੇਕ ਓਹਾਇਓ ਅਤੇ ਗੱਲ ਹੋ ਰਹੀ ਹੈ ਡਾਕਟਰ ਅਤੇ ਮਿਸਿਸ ਰੇਨਾ ਨਾਲ ਡਾਕਟਰ ਸਾਹਿਬ ਪੰਜਾਬ ਵਿੱਚ ਐਜੂਕੇਸ਼ਨ ਇੱਕ ਇਸ ਤਰ੍ਹਾਂ ਦਾ ਹਥਿਆਰ ਹੈ ਜੋ ਪੂਰੇ ਪੰਜਾਬ ਨੂੰ ਨੈਕਸਟ ਲੈਵਲ 'ਤੇ ਲੈ ਕੇ ਜਾ ਸਕਦਾ ਹੈ ਜਿੰਨੀ ਵੀ ਚੀਜ਼ਾਂ ਪੰਜਾਬ ਨੂੰ ਪਿੱਛੇ ਖਿੱਚ ਰਹੀਆਂ ਅੱਜ ਸ਼ਾਇਦ ਐਜੂਕੇਸ਼ਨ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜੋ ਉਨ ਸਾਰੀ ਚੀਜ਼ਾਂ ਨੂੰ ਹਟਾ ਕੇ ਪੰਜਾਬ ਨੂੰ ਅੱਗੇ ਵਧਾ ਸਕਦੀ ਹੈ ਐਜੂਕੇਸ਼ਨ ਵਿੱਚ ਤੁਹਾਡਾ ਸਪੈਸ਼ਲ ਖਿਆਲ ਰਿਹਾ ਹੈ ਇਸ ਕਰਕੇ ਤੁਸੀਂ ਬੜੂ ਸਾਹਿਬ ਸੰਸਥਾ ਨਾਲ ਵੀ ਇੰਨੇ ਸਾਲਾਂ ਤੋਂ ਜੁੜੇ ਹੋਏ ਹੋ ਤੁਹਾਡੇ ਆਪਣੇ ਪਰਿਵਾਰ ਤੋਂ ਇੱਕ ਬੱਚਾ ਸਕੂਲ ਵਿੱਚ ਲੱਗਿਆ ਹੋਇਆ ਉਸ ਐਕਸਪੀਰੀਅੰਸ ਬਾਰੇ ਸਾਨੂੰ ਥੋੜ੍ਹਾ ਜਿਹਾ ਦੱਸੋ ਹਾਂਜੀ ਸਾਡਾ ਇੱਕ ਬੱਚਾ ਸੀ ਉਹ ਨੀਡੀ ਸੀ ਅਤੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਮੁਕਤੇ ਭੈਣ ਜੀ ਗੱਲ ਹੋਈ ਸੀ ਫਿਰ ਉਹਨਾਂ ਨੇ ਅੱਗੇ ਬੇਨਤੀ ਕੀਤੀ ਬਾਬਾ ਜੀ ਨੂੰ ਅਤੇ ਉਹ ਕਹਿੰਦੇ ਠੀਕ ਹੈ ਬੱਚਾ ਭੇਜ ਦਿਓ ਅਸੀਂ ਉੱਥੇ ਭੇਜਿਆ ਜੋ ਉਹਨੂੰ 4-5 ਸਾਲ ਹੋ ਗਏ ਅਸੀਂ ਬੜੇ ਖੁਸ਼ ਹਾਂ ਮਤਲਬ ਕਿ ਉਹਨੂੰ ਉਹਦਾ ਫਾਦਰ ਜਿਹੜਾ ਸੀ ਉਹ ਐਕਚੁਲੀ ਈ ਵਾਜ਼ ਯੂਜ਼ਿੰਗ ਡਰੱਗਸ ਅਤੇ ਉਹਦਾ ਉਹ ਫਿਰ ਪੂਰਾ ਹੋ ਗਿਆ ਸੀ ਅਤੇ ਉਹਦੇ ਬਾਅਦ ਫਿਰ ਉਹਦੀ ਕੋਈ ਹੈਲਪ ਨਹੀਂ ਸੀ ਕੋਈ ਨਹੀਂ ਅਤੇ ਅਸੀਂ ਜੇ ਬਾਬਾ ਰਿਕੁਐਸਟ ਕੀਤੀ ਉਹਨਾਂ ਨੇ ਫਿਰ ਉਹਨੂੰ ਲੈ ਲਿਆ ਅਤੇ ਉਹ ਮਤਲਬ ਕੋਈ ਉਹਦੇ ਕੋਲ ਡੋਨੇਸ਼ਨ ਕੰਟਰੀਬਿਊਸ਼ਨ ਨਹੀਂ ਲੈਂਦੇ ਕੁਛ ਹੀ ਅਤੇ ਅਸੀਂ ਮਤਲਬ ਉਹ ਬੱਚਾ ਹੁਣ ਕਿਸੇ ਘਰ ਆਉਂਦਾ ਉਹ ਪਾਠ ਕਰਦਾ ਅਰਦਾਸ ਕਰਦਾ ਅਤੇ ਅਸੀਂ ਸਾਰੇ ਦੇਖ ਕੇ ਉਹਨੂੰ ਬੜੇ ਖੁਸ਼ ਹੁੰਦੇ ਹਾਂ ਸਾਰੇ ਫੋਨ ਕਰਦੇ ਹਾਂ ਜੀ ਤੁਸੀਂ ਬਹੁਤ ਭਲਾ ਕੀਤਾ ਮੈਂ ਭਲਾ ਤਾਂ ਅਸੀਂ ਭਲਾ ਤਾਂ ਕਰਾਂ ਲਿਓ ਕੰਪਨੀ ਸਭ ਵਾਲੇ ਹੈਗੇ ਜਿੰਨਾ ਕੀਤਾ ਮਤਲਬ ਗਿਵਿੰਗ ਯੂ ਨੋ ਸੱਚ ਐਜੂਕੇਸ਼ਨ ਐਟ ਨੋ ਚਾਰਜ ਯੂ ਨੋ ਅਤੇ ਡਾਕਟਰ ਸਾਹਿਬ ਯੂ ਨੋ ਇਹ ਚੀਜ਼ ਕਾਫੀ ਲੋਕ ਪੁੱਛਦੇ ਆ ਬੜੂ ਸਾਹਿਬ ਬਾਰੇ ਕਿ ਇੰਨੀ ਡੋਨੇਸ਼ਨਸ ਇਹਨਾਂ ਨੂੰ ਮਿਲਦੀਆਂ ਅਤੇ ਬੱਚੇ ਸਾਰੇ ਫ੍ਰੀ ਕਿਉਂ ਨਹੀਂ ਪੜ੍ਹਦੇ ਅਤੇ ਤੁਹਾਨੂੰ ਥੋੜ੍ਹਾ ਜਿਹਾ ਇਸ ਬਾਰੇ ਪਤਾ ਹੈ ਬਿਕੋਜ਼ ਤੁਸੀਂ ਕਾਫੀ ਕਲੋਜ਼ਲੀ ਇਨਵੋਲਵਡ ਹੋ ਉਹਨਾਂ ਦੀ ਸਪੋਰਟ ਵਿੱਚ ਅਤੇ ਸਾਨੂੰ ਦੱਸੋ ਕਿ ਹਾਊ ਡਜ਼ ਦੈਟ ਵਰਕ ਜੋ ਲੋਕ ਇਸ ਤਰ੍ਹਾਂ ਦੀ ਕੁਐਸਚਨਸ ਰੇਜ਼ ਕਰਦੇ ਉਹਨਾਂ ਦਾ ਉਹਨਾਂ ਲਈ ਕੀ ਜਵਾਬ ਹੈ ਤੁਹਾਡੇ ਕੋਲ ਦੇਖੋ ਜੀ ਜਿਹੜਾ ਬੜੂ ਸਾਹਿਬ ਹੈ ਇਸ ਲਈ ਇਸ ਤਰ੍ਹਾਂ ਬਟ ਆਈ ਅੰਡਰਸਟੈਂਡ ਕਿ ਉਹ ਦੇ ਇਨੀਸ਼ੀਅਲ ਸਟੇਜ ਆਫ ਐਸਟੈਬਲਿਸ਼ਮੈਂਟ ਸੋ ਦੇ ਹੈਵ ਏ ਲੋਂਗ ਜਰਨੀ ਟੂ ਗੋ ਲੋਂਗ ਡਿਸਟੈਂਸ ਟੂ ਟਰੈਵਲ ਅਤੇ ਉਹਨਾਂ ਦਾ ਜਿਹੜਾ ਟਾਰਗੇਟ ਹੈ ਉਹ ਕਾਫੀ ਦੂਰ ਹੈਗਾ ਉਹਨੇ ਇੱਕ ਸੌ ਆਈ ਥਿੰਕ 131 ਸਕੂਲ ਜਿਹੜੇ ਇਸ ਲਈ ਐਸਟੈਬਲਿਸ਼ ਹੋ ਗਏ ਸੋ ਦੇ ਆਰ ਥਿੰਕਿੰਗ ਮੇ ਬੀ 250 or 500 ਯੂ ਨੋ ਗੋ ਅਪ ਟੂ ਦੈਟ ਐਕਸਟੈਂਟ ਟੂ ਦੈਟ ਲੇਵਲ ਤਾਂ ਹੁਣ ਇਸ ਤਰ੍ਹਾਂ ਹੈ ਕਿ ਜਿਸ ਲਈ ਛੋਟਾ ਸਕੂਲ ਖੁੱਲ੍ਹਾ ਹੈ ਇੱਕ ਸਕੂਲ ਖੁੱਲ੍ਹਾ ਹੈ ਅਤੇ ਉਹਦੇ ਵਿੱਚ ਦੇਖੋ ਉਹਦੇ ਸਟਾਫ ਦੀ ਵੀ ਖਰਚਾ ਹੈਗਾ ਉਹਦੇ ਬਿਲਡਿੰਗ ਲੈਂਡ ਐਵਰੀਥਿੰਗ ਯੂ ਨੋ ਕਮਜ਼ ਇਨ ਟੂ ਕੰਸੀਡਰੇਸ਼ਨ ਅਤੇ ਉੱਥੇ ਉਹ ਜਿਹੜਾ ਸਕੂਲ ਹੈ ਉਹ ਬੱਚੇ ਉਹਨਾਂ ਦੀ ਫੀਸ ਜਿਹੜੀ ਸਟਾਰਟਿੰਗ ਵਿੱਚ ਉਹ ਉਤਰਾ ਉਹਨਾਂ ਕੋਲੋਂ ਫੀ ਕੰਟਰੀਬਿਊਟ ਨਹੀਂ ਕਰ ਸਕਦੇ ਉਹ ਮਤਲਬ ਇਤਨੇ ਪੈਸੇ ਨਹੀਂ ਆਉਂਦੇ ਕਿ ਉਸ ਸਕੂਲ ਨੂੰ ਚਲਾ ਸਕਣ ਅਤੇ ਇਨ ਕੇਸ ਯੂ ਨੋ ਅਗਰ ਕੋਈ ਥੋੜ੍ਹੇ ਬਹੁਤ ਪੈਸੇ ਆਉਂਦੇ ਵੀ ਹਨ ਉਹ ਦੇ ਆਰ ਗੋਇੰਗ ਫਰਦਰ ਯੂ ਨੋ ਦੇ ਆਰ ਬਾਈ ਮੋਰ ਲੈਂਡ ਦੇ ਆਰ ਸਟੈਬਲਿੰਗ ਮੋਰ ਸਕੂਲ ਗੇਇੰਗ ਦ ਮੋਰ ਰਿਮੋਟ ਏਰੀਆਜ਼ ਤੋ ਕਾਫੀ ਲੋਕ ਜਿਹੜੇ ਉਹ ਡੋਨੇਟ ਵੀ ਕਰ ਰਹੇ ਆਈ ਹਰਟ ਦਾ ਲੈਂਡ ਡੋਨੇਟ ਵੀ ਕਰਦੇ ਹਨ ਤੋ ਇਸ ਤਰ੍ਹਾਂ ਦੇ ਇਨੀਸ਼ੀਅਲ ਸਟੇਜ ਆਫ ਐਸਟੈਬਲਿਸ਼ਮੈਂਟ ਉਹਦੇ ਵਾਸਤੇ ਪੈਸੇ ਤਾਂ ਤੁਹਾਨੂੰ ਪਤਾ ਕੋਈ ਕੰਮ ਹੁੰਦਾ ਨਹੀਂ ਦੇ ਨੀਡ ਦੈਟ ਅਤੇ ਉਸ ਦੇ ਵਿੱਚ ਇਹ ਹੈ ਕਿ ਫਿਰ ਜਿਸ ਲੋਕ ਕਿ ਇਹਨਾਂ ਦਾ ਫੁੱਲ ਸਿਚੁਏਸ਼ਨ ਹੋਇਆ ਹੈਗੀ ਦੇ ਮੀਟ ਦੇ ਆਰ ਯੂ ਨੋ ਟਾਰਗੇਟ
So then it's possibility that maybe cut on the fees or come to some other thing, you know. But this at this time they need the money. Without money you can't do anything. जी 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 ते आई नो तुसी ए मेंशन नहीं करना चाहते सी बट मैं अपने सारे दर्शकों नु दसना चाहती हाँ कि रैना फैमिली दी कंट्रीब्यूशन भी बड़े वड्डे लैवल ते हुई है गुरु दी काशी जदो बुलारा आया सी ते तुहाडे वल्लों 1 करोड़ दी सेवा हुई सी उहदे लई उस एस्टैबलिशमेंट कंस्ट्रक्शन लई ते तुहाडे वल्लों इन्ने लैवल दी सेवा तुसी लोकां नूं की दसना चाहोगे बाबे दी मेहर है कि तुसी कीती तुहानूं गर्व फील हुंदा है कि तुसी इस तरह इस संस्था दी हैल्प कीती एंड तुहाडा जो ए कंट्रीब्यूशन देखो जी असं जो कुछ किया है वो साढ़े तिल फूल है इट्स नॉट ए बिग थिंग नो तो वो तुम ना दूजे पास चले गए बट असर श्रद्धा से अपने श्रद्धा के फूल भेट किए हैं वो कहते गुरु की काशी बन रही है उस मतलब कि अकाल पुरख की असं शुकराना करते हैं उन्होंने इन्नी हिम्मत दी है बाकी साढ़ा तो कोई हिम्मत नहीं है बंद कि कंट्रोल कर सके किसी इट्स वेरी डिफिकल्ट तो वो आप ही वायरू कराता उसने वायरू कराया तो इस करके नो असं वी आर थैंकफुल टू गॉड जी जी एंड उत्थे तुसी बच्चियां नू स्पॉन्सर भी किता है सो इन एडिशन टू दिस सपोर्ट जो अपने एजुकेशन दी स्पॉन्सर अ चाइल्ड है उस प्रोग्राम विच तुसी इन्वॉल्वड हो ओवर 100 किड्स तुहाडे वल्लों स्पॉन्सर होए ਉਹਨਾਂ ਦੇ ਬਾਰੇ ਥੋੜ੍ਹਾ ਜਿਹਾ ਦੱਸੋ ਹਾਊ ਇਜ਼ ਦੈਟ ਪ੍ਰੋਸੈਸ ਤੁਹਾਡਾ ਕਿੱਦਾਂ ਐਕਸਪੀਰੀਅੰਸ ਰਿਹਾ ਫੋਰ ਪੀਪਲ ਹੂ ਮੇ ਬੀ ਇੰਟਰਸਟਿਡ ਇਨ ਡੂਇੰਗ ਦ ਸੇਮ ਨਹੀਂ ਉਹਦੇ 'ਤੇ ਸਾਡੀ ਫੀਲਿੰਗ ਸਾਰੀ ਪਾਜ਼ਿਟਿਵ ਹੈ ਉੱਥੇ ਬੱਚੇ ਪੜ੍ਹਦੇ ਹਨ But it's difficult for us to go and look for it for you know go to those schools and look for each school kinne bache pad rahe kinne it's very difficult but your general feeling is very positive the is community which cleveland the jo vasde punjabi hege the unna de vich tusi badu saab di kidda prachar kita hai tusi matlab apne community de jo tade janan wale unna nu hor dassya hai is sanstha bare haan ji unna nu dassya oh accept kar den unna nu feeling haan kafi sade naal usna jud gaye den jinna ne apna participate kita hai aur they feel it good you know ne kafi ne jehde bacche kite ne aur vi sade kai sajjan aake mera naam te hun sare dass nahi sakda they are doing very good apne doing for core of heart ਹੁਣ ਸਾਡਾ ਗੁਰਦੁਆਰਾ ਸਾਹਿਬ ਉਹਨਾਂ ਨੇ ਕਾਫੀ ਬੱਚੇ ਹਰ ਸਾਲ ਹੀ ਲੈਂਦੇ ਨੇ ਆਲਮੋਸਟ ਇਸ ਸਾਲ ਉਹਨਾਂ ਨੇ ਥੋੜ੍ਹੇ ਜ਼ਿਆਦਾ ਲਏ ਨੇ ਮਤਲਬ ਅਤੇ ਉਹ ਵੀ ਬੱਚੇ ਤੋਂ ਉਹ ਬੱਚਿਆਂ ਵਾਸਤੇ ਸਪੋਰਟ ਕਰ ਰਹੇ ਅਤੇ ਅਸੀਂ ਵੀ ਇੱਕ ਹੋਰ ਕੋਸ਼ਿਸ਼ ਕਰਦੇ ਜਿੰਨੇ ਬੱਚੇ ਅਸੀਂ ਹੋਰ ਮਤਲਬ ਕਰ ਸਕਦੇ ਹਾਂ ਕੋਰਸ ਅਤੇ ਮੈਂ ਆਡੀਅੰਸ ਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਇਸ ਕਲੀਵਲੈਂਡ ਵਿੱਚ ਵੱਸਦੇ ਜੋ ਆਪਣੀ ਸਿੱਖ ਪੰਜਾਬੀ ਕਮਿਊਨਿਟੀ ਹੈਗੀ ਉਹਨਾਂ ਦੇ ਵਿੱਚ ਇੰਨੀ ਸਪੋਰਟ ਦੀ ਜਿੱਦਾਂ ਕਹਿੰਦੇ ਹੈ ਇਨਸਿਸਟੈਂਸ ਹੈਗੀ ਦਿਲੋਂ ਦੈਟ ਇੱਕ ਵਾਰੀ ਮੁਕਤਾ ਭੈਣ ਜੀ ਜੋ ਇਹ ਸਾਰੇ ਟੂਰਸ ਔਰਗਨਾਈਜ਼ ਕਰਦੇ ਇੱਥੇ ਬੜੂ ਸਾਹਿਬ ਲਈ ਉਹਨਾਂ ਨੇ ਕਲੀਵਲੈਂਡ ਬਾਰੇ ਸਕਿੱਪ ਕਰਤਾ ਗਲਤੀ ਨਾਲ ਸਕਿੱਪ ਹੋ ਗਿਆ ਅਤੇ ਇੱਥੋਂ ਉਹਨਾਂ ਨੂੰ ਕਾਲ ਆਈ ਸੀ ਕਿ ਤੁਸੀਂ ਆਓ ਤੁਹਾਡੇ ਸਾਰਿਆਂ ਦੇ ਡੋਨੇਸ਼ਨ ਚੈੱਕ ਇੱਥੇ ਵੇਟ ਕਰਦੇ ਪਏ ਕਮਿਊਨਿਟੀ ਨੇ ਸੱਦਿਆ ਇਹਨਾਂ ਨੂੰ ਸਪੈਸ਼ਲੀ ਕਾਫੀ ਜਿਹੜੇ ਲੇਡੀਜ਼ ਵੀ ਹੈ ਹੋਰ ਜੈਂਟਸ ਵੀ ਜਿਹੜੇ ਪੰਜਾਬੀ ਉਹਨਾਂ ਨੇ ਕਾਫੀ ਬੱਚੇ ਉਹਨਾਂ ਨੇ ਵੀ ਲੈਣ ਬੱਚੇ ਅੱਛਾ ਜੀ ਫਾਰਗੋਟ ਟੂ ਮੈਂਸ਼ਨ ਤੇ ਪਲੀਜ਼ ਐਡ ਆਫ ਦੈਟ ਟੂ ਆਫ ਕੋਰਸ ਨਹੀਂ ਸਾਰੀ ਸਾਰੀ ਸੰਗਤ ਨਾ ਉਹ ਸਾਰੇ ਕਰੇ ਇਟਸ ਨਾਟ ਮਾਈਨ ਔਰ ਸਮਬਡੀ ਐਲਸ ਸੋ ਇਟਸ ਇਸ ਆਲ ਸੰਗਤ ਯੂ نو ਇਟਸ ਆਲ ਕਮਿਊਨਿਟੀ ਨੋ ਬਟ ਇਟਸ ਰੀਲੀ ਇਨਸਪਾਇਰਿੰਗ ਲਾਈਕ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਇਦਾਂ ਦੇ ਵੱਡੇ ਕੰਮ ਇਕੱਲੇ ਕਿਸੇ ਤੋਂ ਨਹੀਂ ਹੁੰਦੇ ਕਿ ਪੂਰੀ ਕਮਿਊਨਿਟੀ ਜਦੋਂ ਇਕੱਠੀ ਜੁੜ ਕੇ ਮਿਲ ਕੇ ਇੱਕ ਮਿਸ਼ਨ ਪਿੱਛੇ ਆਉਂਦੀ ਹੈ ਤਦ ਹੀ ਕੁਝ ਅਕੰਪਲਿਸ਼ ਹੁੰਦਾ ਹੈ ਤੇ ਨਾਲ ਇਹ ਹੈ ਕਿ ਮਹਾਂਪੁਰਸ਼ਾਂ ਕੋਲ ਕਈ ਦਫਾ ਇੰਨਾ ਕੁਝ ਹੁੰਦਾ ਵੀ ਹੈ ਕਿ ਉਹ ਖਜ਼ਾਨਾ ਹੁੰਦਾ ਕਿ ਉਹ ਤੇ ਸਭ ਕੁਝ ਕਰ ਸਕਦੇ ਹਨ ਤੇ ਲੇਕਿਨ ਉਹ ਚਾਹੁੰਦੇ ਨੇ ਕਿ ਸਾਰੇ ਇਨਵੋਲਵ ਕਰਨ ਸਾਰੇ ਆਪਣਾ ਵਿੱਚ ਹਿੱਸਾ ਪਾਉਣ ਤਾਂ ਕਿ ਉਹਦਾ ਫਲ ਸਾਰੇ ਮਿਲੇਗਾ ਦੇਖੋ ਨਾ ਬੂਹੇ ਅਗਰ ਅਸੀਂ ਕੁਝ ਬੀਜਦੇ ਹਾਂ ਅਗਰ ਬੂਟਾ ਲਾਉਂਦੇ ਹਾਂ ਉਹਦੇ ਫਲ ਲੱਗਦਾ ਤਾਂ ਫਰੂਟ ਤਾਂ ਹੁੰਦਾ ਫਿਰ ਹੁਣ ਸਾਰੇ ਨੂੰ ਮਿਲੇ ਕਿਸੇ ਨੂੰ ਤਾਂ ਮਿਲਣਾ ਨਾ ਇਹ ਟ੍ਰੀ ਵਿਲ ਗੈਟ ਬਿਗਰ ਤਾਂ ਫਰੂਟ ਤਾਂ ਜ਼ਰੂਰ ਲੱਗਣਾ ਉਹਨੂੰ ਦੇਖੋ ਨਾ ਉਹ ਤਾਂ ਨਹੀਂ ਫਰੂਟ ਨਹੀਂ ਲੱਗਿਆ ਸੋ ਦੱਸ ਵਟ ਹੈ ਭਾਈ ਐਂਡ ਜੋ ਆਪਣੀ ਗੁਰੂ ਦੀ ਕਾਸ਼ੀ ਉੱਥੇ ਪੰਜਾਬ 'ਚ ਕੰਸਟਰਕਸ਼ਨ ਹੋਈ ਹੈ ਦਿਸ ਇਜ਼ ਸਮਥਿੰਗ ਜੋ ਸਿੱਖ ਕਮਿਊਨਿਟੀ ਲਈ ਇੱਕ ਬਹੁਤ ਹੀ ਗਰਵ ਫਕਰ ਦੀ ਗੱਲ ਹੈ ਦੈਟ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਵਚਨ ਨਾਲ ਉਹ ਚੀਜ਼ ਪੂਰੀ ਕੀਤੀ ਗਈ ਅਤੇ ਤੁਹਾਡਾ ਕੀ ਖਿਆਲ ਹੈ ਉਸ ਬਾਰੇ ਨਹੀਂ ਖਿਆਲ ਸਾਡਾ ਫਿਰ ਪਾਜ਼ਿਟਿਵ ਹੈ ਦੇਖੋ ਜੀ ਉਹ ਗੁਰੂ ਦਾ ਸ਼ਬਦ ਸੀ ਅਤੇ ਉਹ ਕਿਸੇ ਭਾਣੇ ਕਿਸੇ ਮਹਾਂਪੁਰਸ਼ ਨੇ ਪੂਰਾ ਕਰਤਾ ਜੀ ਸੋ ਸਮ ਹੋ ਇਟ ਹੈਪਨ ਜੀ 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 ਅਤੇ ਆਪਾਂ ਪਹੁੰਚੇ ਹਾਂ ਵੈਸਲੇਕ ਓਹਾਇਓ ਗੱਲ ਕਰ ਰਹੇ ਹਾਂ ਡਾਕਟਰ ਅਤੇ ਮਿਸਿਸ ਰੈਨਾ ਨਾਲ ਗੱਲ ਇੱਦਾਂ ਹੀ ਚੱਲਦੀ ਰਹੇਗੀ ਤੁਸੀਂ ਵੀ ਜੁੜੇ ਰਹੋ ਟੀ ਵੀ ਨਾਲ ਆਪਾਂ ਇੱਥੇ ਰੁਕਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਬਟ ਵੀ ਵਿਲ ਬੀ ਰਾਈਟ ਬੈਕ ਡੋਂਟ ਗੋ ਐਨੀਵੇਅਰ
ਵੈਲਕਮ ਬੈਕ ਫਰਮ ਬ੍ਰੇਕ। ਤੁਸੀਂ ਵੇਖ ਰਹੇ ਹੋ ਵਿੱਚ ਦੁਨੀਆ ਸੇਵ ਕਮਾਈਏ। ਅੱਜ ਸਾਡਾ ਇਹ ਐਪੀਸੋਡ ਸਪੈਸ਼ਲ ਸ਼ੂਟ ਹੋਇਆ ਵੈਸਟ ਲੇਕ ਓਹਾਇਓ ਵਿੱਚ, ਅਤੇ ਆਪਾਂ ਗੱਲ ਕਰ ਰਹੇ ਹਾਂ ਡਾਕਟਰ ਅਤੇ ਮਿਸਿਸ ਰੈਨਾ ਨਾਲ, ਜਿਨ੍ਹਾਂ ਦੀ ਇੰਨੇ ਸਾਲਾਂ ਤੋਂ ਬੜੂ ਸਾਹਿਬ ਔਰਗਨਾਈਜੇਸ਼ਨ ਦੀ ਸਪੋਰਟ ਵਿੱਚ ਇੱਥੇ ਉਹਨਾਂ ਦਾ ਵੀ ਕੰਮ ਚੱਲ ਰਿਹਾ, ਅਤੇ ਬਾਕੀ ਕਮਿਊਨਿਟੀ ਨੂੰ ਵੀ ਉਹ ਮੋਟੀਵੇਟ ਕਰ ਰਿਹਾ ਕਿ ਉਹ ਵੀ ਨਾਲ ਜੁੜਨ, ਅਤੇ ਪੰਜਾਬ ਅਤੇ ਆਪਣੀ ਜੋ ਸਿੱਖ ਪੰਥ ਕਲਚਰ ਐਂਡ ਕਮਿਊਨਿਟੀ ਦੇ ਪ੍ਰੋਗਰੈਸ ਲਈ ਕੁਛ ਕੰਮ ਕਰਨ। ਡਾਕਟਰ ਰੈਨਾ, ਥੈਂਕ ਯੂ ਫਸਟ ਆਫ ਆਲ ਤੁਹਾਡਾ ਅਤੇ ਮਿਸਿਸ ਰੈਨਾ ਦਾ ਕਿ ਤੁਸੀਂ ਸਾਨੂੰ ਇੱਥੇ ਬੁਲਾਇਆ ਅਤੇ ਇੰਨੇ ਪਿਆਰ ਨਾਲ ਸਾਡੇ ਲਈ ਇੰਤਜ਼ਾਮ ਕੀਤਾ। ਅਫਕੋਰਸ, ਥੈਂਕ ਯੂ ਜੀ। ਅਤੇ ਮੈਂ ਆਡੀਅੰਸ ਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਜਦੋਂ ਵੀ ਬੜੂ ਸਾਹਿਬ ਦੀ ਟੀਮ ਇੱਥੇ ਆਉਂਦੀ ਹੈ, ਜਾਂ ਸਾਡੀ ਵੀ ਗੱਲ ਕਰ ਲਓ, ਆਪਾਂ ਵੀ ਇੱਥੇ ਪਹੁੰਚੇ ਹਾਂ, ਜਸ ਪੰਜਾਬੀ ਦੀ ਟੀਮ ਇੰਨਾ ਇਹ ਖਿਆਲ ਰੱਖਦੇ, ਇੰਨੇ ਪਿਆਰ ਨਾਲ ਸਪੈਸ਼ਲ ਕਸ਼ਮੀਰੀ ਖਾਣਾ ਬਣਦਾ ਹੈ ਅਤੇ ਇੰਨੀ ਹੋਸਪਿਟੈਲਿਟੀ, ਇਟਸ ਰੀਅਲੀ ਰੀਅਲੀ ਹਾਰਟ ਵਾਰਮਿੰਗ ਟੂ ਸੀ ਦੈਟ। ਡਾਕਟਰ ਸਾਹਿਬ ਅਤੇ ਸੱਤੀ ਜੀ, ਤੁਹਾਡਾ ਪਿਛੋਕੜ ਕਸ਼ਮੀਰ ਵਾਲੇ ਪਾਸੇ ਆਉਂਦਾ ਹੈ, ਅਤੇ ਉਸ ਕਮਿਊਨਿਟੀ ਨੂੰ ਸ਼ਾਇਦ ਇੰਨਾ ਨਾ ਪਤਾ ਹੋਏ ਕਿ ਜੋ ਬੜੂ ਸਾਹਿਬ ਸੰਸਥਾ ਹੈ ਉਹ ਨਾ ਕਿ ਸਿਰਫ ਆਪਣੇ ਪੰਜਾਬ ਵਿੱਚ ਕੰਮ ਕਰ ਰਹੀ ਹੈ, ਬਟ ਹੋਰ ਥਾਵਾਂ ਤੋਂ ਵੀ, ਨੇਬਰਿੰਗ ਸਟੇਟਸ ਤੋਂ ਵੀ ਜਦੋਂ ਕੋਈ ਨੀਡੀ ਕੇਸ ਆਉਂਦਾ ਹੈ ਉਹ ਵੀ, ਉਹਨਾਂ ਲਈ ਵੀ ਉਹ ਦਰਵਾਜ਼ੇ ਖੁੱਲ੍ਹੇ। ਅਤੇ ਥੋੜ੍ਹਾ ਜਿਹਾ ਸਾਨੂੰ ਦੱਸੋ ਇਸ ਕਮਿਊਨਿਟੀ ਨੂੰ, ਜਿਹਨੂੰ ਸ਼ਾਇਦ ਨਾ ਪਤਾ ਹੋਏ ਬੜੂ ਸਾਹਿਬ ਬਾਰੇ, ਇਹਨਾਂ ਨੂੰ ਤੁਸੀਂ ਕੀ ਦੱਸਣਾ ਚਾਹੋਗੇ? ਦੇਖੋ ਜੀ, ਸਾਡਾ ਜਿਹੜਾ ਜੰਮੂ ਕਸ਼ਮੀਰ ਆ, ਉਹਨਾਂ ਦਾ ਸਾਡੇ ਲੋਕੀ ਲੋਕਲ ਸੰਸਥਾ ਹੈਗੀਆਂ ਜਿਹੜੇ ਉਹ ਕੰਮ ਕਰ ਰਹੀਆਂ ਹਨ। ਜਿਸ ਤਰ੍ਹਾਂ ਕਹਿੰਦੇ ਅਸੀਂ ਨੰਗਾਲੀ ਸਾਹਿਬ ਦਾ ਡੇਰਾ ਹੈ, ਉਹ ਸਾਡਾ ਜਿਸ ਅਸੀਂ ਗੱਲ ਕਰ ਰਹੇ ਸੀ ਕਿ ਗੁਰੂ ਗੋਬਿੰਦ ਸਿੰਘ ਟਾਈਮ 'ਤੇ ਉਹਨਾਂ ਨੇ ਉੱਥੋਂ ਆਪਣੇ ਪੈਰੋਕਾਰ ਭੇਜੇ ਸੀ, ਬਾਬਾ ਫੇਰੂ ਸਿੰਘ ਸੀ ਫਸਟ ਜਿਹੜੇ ਆਏ ਸੀ, ਉਹਨੇ ਉੱਥੇ ਆਪਣਾ ਡੇਰਾ ਖੋਲਿਆ ਸੀ, ਮਿਸ਼ਨ ਡੇਰਾ। ਅਤੇ ਉਹ ਕਾਫੀ ਕਾਫੀ ਟੇਕ ਕੇਅਰ ਕਰਦੇ ਨੇ ਉਹਨਾਂ ਦਾ, ਜੋ ਲੋਕ ਨੀਡੀ ਹੁੰਦੇ ਨੇ, ਬੱਚੇ ਨੇ ਜਾਂ ਹੋਰ ਵੀ ਸਾਡੀ ਜਿਹੜੀ ਕਮਿਊਨਿਟੀ ਹੈ ਸਿੱਖਾਂ ਦੀ, ਉਹਦੀ ਕਰਦੇ ਨੇ। ਬਟ ਇਹ ਹੈ ਕਿ ਹੁਣ ਅਸੀਂ ਉੱਥੇ ਥੋੜ੍ਹਾ ਜਿਹਾ ਬੜੂ ਸਾਹਿਬ ਦਾ ਕੋਈ ਅਜੇ ਹੈ ਨਹੀਂ ਉੱਥੇ, ਅਤੇ ਉਹ ਵੀ ਮਤਲਬ ਅਸੀਂ ਉਹਦੇ ਵੀ ਕਹਿੰਦੇ ਬਸ ਸੋਚਦੇ ਸੀ ਕਿ ਅਗਰ ਉੱਥੇ ਹੋ ਸਕਦਾ ਉੱਥੇ ਸਕੂਲ ਖੋਲ੍ਹਿਆ ਜਾ ਸਕੇ, ਅਤੇ ਉਹ ਤਾਂ ਅਸੀਂ ਫਿਰ ਸੋਚ ਰਹੇ ਹਾਂ, ਵਿਚਾਰ ਹੋਇਆ ਸੀ ਥੋੜ੍ਹਾ, ਫਿਰ ਕੋਈ ਗੱਲ ਬਣੀ ਨਹੀਂ ਅਜੇ। ਅਤੇ ਹੁਣ ਇਹ ਕਿ ਉਹਦੇ ਵਿੱਚ ਵੀ ਸਾਰਾ ਪਾਜ਼ਿਟਿਵ ਹੈ, ਉੱਥੇ ਤਾਂ ਬੱਚੇ ਵੀ ਕਈ ਗਏ ਨੇ, ਉੱਥੋਂ ਪੜ੍ਹ ਕੇ ਆਏ, ਮੈਨੂੰ ਪਤਾ ਲੱਗਾ। ਅਤੇ ਕੋਈ ਮੈਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ, ਬਸ ਜੋ ਪਤਾ ਲੱਗਦਾ ਕਿ ਉਹ ਸਾਰੇ ਠੀਕ ਹੀ ਨੇ, ਮਤਲਬ ਉੱਥੋਂ ਹਾਈ ਸਕੂਲ ਕਰਕੇ ਆਪਣਾ 12ਵੀਂ ਕਰਕੇ ਆਏ, ਆਪਣੀ ਐਜੂਕੇਸ਼ਨ ਖਤਮ ਕਰਕੇ ਆਏ ਨੇ ਉਸ ਤੋਂ। ਅਤੇ ਹੋਰ ਵੀ ਕਈ ਬੱਚੇ ਅਜੇ ਵੀ ਜਾ ਰਹੇ ਨੇ, ਕਈ ਬੱਚੇ ਮੇਰੇ ਖਿਆਲ ਹੋਰ ਵੀ ਹੈਗੇ ਨੇ ਉੱਥੇ ਬੜੂ ਸਾਹਿਬ ਜੀ। ਅਤੇ ਜਿਹੜਾ ਉਹ ਉੱਥੇ ਦਾ ਖਿਆਲ ਤਾਂ ਸਭ ਦਾ ਠੀਕ ਹੈ, ਕੋਈ ਨੈਗੇਟਿਵ ਇਫੈਕਟ ਨਹੀਂ ਹੈ ਕਿਤੇ ਵੀ, ਪਹਿਲਾਂ ਤਾਂ ਪੋਜ਼ਿਟਿਵ ਥਿੰਕਿੰਗ ਹੈ ਜੀ। ਅਤੇ ਬਾਕੀ ਇਸ ਤਰ੍ਹਾਂ ਹੈ ਕਿ ਇੱਕ ਬੰਦਾ ਸਾਰੀ ਦੁਨੀਆ ਨੂੰ ਖੁਸ਼ ਨਹੀਂ ਕਰ ਸਕਦਾ, ਸੋ ਇਸੇ ਬਿਗ ਨਾ ਇਸ ਬਿਗ ਔਰਗਨਾਈਜੇਸ਼ਨ ਇੰਸਟੀਟਿਊਸ਼ਨ, ਅਤੇ ਉਹਦੇ ਵਿੱਚ ਅਗਰ ਫਲਾਜ਼ ਜਿਹੜੇ ਹੁੰਦੇ ਨੇ ਉਹ ਪਰਫੈਕਟ ਕੋਈ ਨਹੀਂ ਹੈਗਾ, ਸੋ ਇਸ ਦੇ 98 ਯੂ ਨੋ 0.1% ਫਲਾਜ਼ ਹੋਣ, ਤਾਂ ਲੁੱਕ ਲੁੱਕ ਐਟ ਦਾ ਫਲਾਜ਼, ਯੂ ਨੋ ਐਟ ਦਾ ਨੈਗੇਟਿਵ, ਜੋ ਲੁੱਕ ਐਟ ਦਾ ਪੋਜ਼ਿਟਿਵ ਕਿ ਪੀਪਲ ਆਰ 99.9% ਆਰ ਹੈਪੀ, ਯੂ ਨੋ ਦੇ ਗੁੱਡ ਜਾਬ, ਯੂ ਨੋ ਜਿਹੜੇ ਸਾਡੇ ਪੈਰੋਕਾਰ ਹੈਗੇ ਨੇ ਬਾਬਾ ਜੀ ਨੇ ਅਤੇ ਡਾਕਟਰ ਸਾਹਿਬ ਬੈਠੇ ਨੇ, ਮਤਲਬ ਦੇ ਆਰ ਡੂਇੰਗ ਫਾਈਨ ਵੈਰੀ ਗੁੱਡ ਜਾਬ, ਸੋ ਦੇ ਆਰ ਆਪਣੇ ਔਰ ਉਹਨੇ ਸਾਰਾ ਆਪਣਾ ਜੀਵਨ ਇਸੇ ਸੰਸਥਾ ਦੇ ਲਾ ਦਿੱਤਾ, ਇਸੇ ਮਤਲਬ ਕਿ ਸੇਵਾ ਹੀ ਲਗਾ ਦਿੱਤਾ। ਅਤੇ ਡਾਕਟਰ ਸਾਹਿਬ, ਤੁਹਾਡੀ ਮੀਟਿੰਗ ਬਾਬਾ ਇਕਬਾਲ ਜੀ ਨਾਲ ਹੋਈ ਕਾਫੀ ਸਾਲ ਪਹਿਲੇ, ਅਤੇ ਉਸ ਐਕਸਪੀਰੀਅੰਸ ਬਾਰੇ ਸਾਨੂੰ ਦੱਸੋ ਜਦੋਂ ਤੁਸੀਂ ਪਹਿਲੀ ਵਾਰ ਉਹਨਾਂ ਨਾਲ ਮਿਲੇ। ਮੈਂ ਕੁਛ ਸਾਲ ਪਹਿਲੇ ਰੂਬੀ ਵਿਰਜੀਆ ਮਿਲਿਆ ਸੀ, ਫਿਰ ਮੁਕਤਾ ਜੀ ਵੀ ਇੱਥੇ ਆਇਆ ਸੀ, ਕਾਫੀ ਗੱਲਬਾਤ ਹੋਈ ਉਸ ਵਾਰ, ਫਿਰ ਮੈਂ ਗਿਆ ਸੀ, ਮੈਂ ਚਲੋ ਬੜੂ ਸਾਹਿਬ ਦੇਖ ਆਈਏ ਗਿਆ ਸੀ ਮੈਂ ਉੱਥੇ, ਮੈਂ ਹੈਗਾ 3 ਰਾਤਾਂ ਕੱਟੀਆਂ ਮੈਂ, ਅਤੇ ਉਹਨਾਂ ਨੇ ਬੜੀ ਆਓਪਾਤ ਕੀਤੀ ਆ, ਮੈਂ ਸਾਰਾ ਘੁੰਮ ਕੇ ਦੇਖਿਆ, ਮਤਲਬ ਆਈ ਰੀਅਲੀ ਇੰਪ੍ਰੈਸਡ ਕਿ ਇਸਨੇ ਪਹਾੜ ਦੇ ਵਿੱਚ ਇੰਨੇ ਦੂਰ ਆ ਕੇ ਜਿਹੜਾ ਨੇ ਮਤਲਬ ਇਹ ਜਗ੍ਹਾ ਖੋਲ੍ਹੀ ਹੈ, ਉਹ ਸੰਸਥਾ ਇੰਨੀ ਵੱਡੀ ਹੈ, ਮਤਲਬ ਸਟਿਲ ਫਲੋਰਿਸ਼ਿੰਗ, ਉਹਨਾਂ ਦੇ ਹੋਰ ਅਜੇ ਕੰਸਟਰਕਸ਼ਨ ਹੋ ਰਹੀ ਹੈ, ਮੈਂ ਦੇਖੀ ਕੰਸਟਰਕਸ਼ਨ ਹੋ ਰਹੀ ਸੀ, ਹੋਰ ਵੱਡੇ ਬਣ ਰਹੇ ਨੇ, ਮੇਕਿੰਗ ਆਲ ਯੂ ਨੋ ਕੰਪਿਊਟਰਾਈਜ਼ ਐਵਰੀਥਿੰਗ, ਯੂ ਨੋ ਬੱਚਿਆਂ ਦਾ ਕਰ ਰਹੇ ਸੀ, ਅਤੇ ਉੱਥੇ ਬੜੀ ਇੰਪਰੂਵਮੈਂਟ ਹੋ ਰਹੀ ਹੈ, ਤਾਂ ਸਾਨੂੰ ਬੜੀ ਖੁਸ਼ੀ ਹੁੰਦੀ ਹੈ, ਦੇਖੋ ਐਟਲੀਸਟ ਅਗਰ ਅਸੀਂ ਨਹੀਂ ਕਰ ਸਕੇ, ਅਗਰ ਮੈਂ ਨਹੀਂ ਕਰ ਸਕਿਆ, ਤਾਂ ਇਸ ਸੰਸਥਾ ਜਿੱਥੇ ਇੰਨੇ ਲੋਕ ਮਿਲ ਕੇ ਉਹਨੂੰ ਕਰ ਰਹੇ, ਸੋ ਇਸ ਖੁਸ਼ੀ ਹੈ ਕਿ ਸਾਰੇ ਮਿਲ ਕੇ ਜਿਹੜੇ ਕਰ ਰਹੇ ਹਾਂ, ਲੇਕਿਨ ਸਾਨੂੰ ਉਹਦੇ ਉੱਤੇ ਹੁੰਦਾ ਕਿ ਇੱਕ ਲੀਡਰ ਚਾਹੀਦਾ, ਸੋ ਵੀ ਹੈਵ ਦਾ ਲੀਡਰਸ਼ਿਪ ਬਾਬਾ ਜੀ ਇਸ ਹੈਗੇ, ਸੋ ਇਸ ਸੋ ਮੈਂ ਉਸ ਤੋਂ ਬਾਅਦ ਆਪਣਾ ਸਾਬਤ ਤਲਵੱਡੀ ਵੀ ਗਿਆ ਸੀ, ਉੱਥੇ ਦੇਖਿਆ ਮੈਂ, ਆਈ ਸਾ ਦੈਟ ਯੂ ਨੋ ਜਿਹੜੀ ਯੂਨੀਵਰਸਿਟੀ ਬਣੀ ਆ, ਤਾਂ ਇਟ ਲੁੱਕਸ ਨਾਈਸ, ਵੈਰੀ ਬਿਊਟੀਫੁਲ ਯੂਨੀਵਰਸਿਟੀ। ਸੋ ਤੁਸੀਂ ਗਏ ਹੋਏ ਹੋ, ਜੋ ਆਪਣੇ ਇੱਥੇ ਦੇ ਸਪੋਰਟਰ ਜੋ ਸ਼ਾਇਦ ਨਹੀਂ ਵਿਜ਼ਿਟ ਕਰਕੇ ਆਏ ਜਾਂ ਕਰ ਨਹੀਂ ਸਕਦੇ, ਜਾਂ ਜੋ ਲੋਕ ਜੁੜਨਾ ਚਾਹੁੰਦੇ ਹੈ ਐਂਡ ਉਹਨਾਂ ਦਾ ਹਲੇ ਉੱਥੇ ਨਹੀਂ ਵਿਜ਼ਿਟ ਹੋਈ, ਉਹਨਾਂ ਨੂੰ ਤੁਸੀਂ ਕੀ ਦੱਸਣਾ ਚਾਹੋਗੇ? ਨਾਟ ਜਸਟ ਅਬਾਊਟ ਯੂ ਨੋ ਦਾ ਮੇਨ ਦਾ ਬੇਸਿਕ ਸਟੈਂਡਰਡਸ ਦੈਟ ਆਰ ਅਪਹੈਲਡ, ਬਟ ਈਵਨ ਜੋ ਚੀਜ਼
ਚੀਜ਼ਾਂ ਜਿੱਦਾਂ ਲੋਕੀ ਸੋਚਦੇ ਨੇ ਦੈਟ ਦਿਸ ਇਜ਼ ਐਨ ਆਰਗੇਨਾਈਜੇਸ਼ਨ ਦੈਟ ਇਜ਼ ਕੰਪੈਟੀਟਿਵ ਵਿਦ ਅਦਰ ਸਟੇਟ ਐਂਡ ਪ੍ਰਾਈਵੇਟ ਸਕੂਲਸ ਇਨ ਦ ਰੀਜਨਸ, ਇਹ ਤੁਹਾਡਾ ਤੁਸੀਂ ਇਹ ਐਕਸਪੀਰੀਅੰਸ ਕੀਤਾ ਦੈਟ ਦਿਸ ਆਰਗੇਨਾਈਜੇਸ਼ਨ ਇਹਨਾਂ ਦੇ ਸਕੂਲਸ ਪ੍ਰਾਈਵੇਟ ਐਂਡ ਜੋ ਬਾਕੀ ਸਟੇਟ ਸਕੂਲਸ ਹੈ ਉਹਨਾਂ ਦੇ ਨਾਲ ਕੰਪੈਟੀਟਿਵ ਹੈਗੇ? ਦੇਖੋ ਜੀ, ਸਲਾਹ ਕਿ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਐਜੂਕੇਟ ਕਰੀਏ, ਦੱਸੀਏ ਜੀ। ਬਾਕੀ ਜਿਸਨੇ ਸੇਵਾ ਕਰਨੀ ਹੈ ਇਟ ਕਮਸ ਫਰੋਮ ਇਨਸਾਈਡ, ਯੂ ਨੋ ਆਈ ਕੈਨ ਫੋਰਸ ਐਨੀਬਾਡੀ ਜੀ ਜੀ। ਅਤੇ ਮੈਂ ਤਾਂ ਉਹ ਕਹਿੰਦਾ ਕਿ ਯੂ ਵਾਂਟ ਟੂ ਗਿਵ $10, ਦੈਟਸ ਅਸੈਪਟੇਬਲ, ਗੁੱਡ $1 ਜੀ, ਦੈਟਸ ਓਕੇ, ਯੂ ਗਾਟ ਇਵਨ 25 cents, ਦੈਟਸ ਆਲਸੋ ਓਕੇ ਜੀ, ਬਿਕਾਜ਼ ਦੈਟ ਆਲ ਥਿੰਗ ਐਡਸ ਅਪ, ਯੂ ਨੋ। ਹਾਂਜੀ, ਅਤੇ ਉਹ ਤਾਂ ਅਸੀਂ ਇਹੋ ਕਹਿੰਦੇ ਹਾਂ, ਮਤਲਬ ਕਿ ਜੋ ਕੁਛ ਕਰਨਾ ਚਾਹੁੰਦਾ ਆਪਣਾ ਦਿਲੋਂ ਮਨੋਂ ਜੋ ਦੇਣਾ ਚਾਹੇ, ਔਰ ਬਾਕੀ ਇਸ ਲਈ ਉਹਨਾਂ ਫੀਲਿੰਗ ਆਉਂਦੀ ਹੈ, ਦੇ ਡੂ ਇਟ, ਯੂ ਨੋ, ਕਈ ਬਹੁਤ ਕਰ ਰਹੇ, ਬਹੁਤ ਸਾਰੇ ਲੋਕ ਜੀ ਜੀ ਜੀ। ਬਟ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਉੱਥੇ ਜਾ ਕੇ ਦੇ ਹੈਵਨਟ ਸੀਨ ਇਟ ਵਿਦ ਦੇਅਰ ਓਨ ਆਈਜ਼, ਕਿੱਦਾਂ ਦੀ ਆਰਗੇਨਾਈਜੇਸ਼ਨ ਸੈਟਅਪ ਹੈ, ਉਹਨਾਂ ਨੂੰ ਤੁਸੀਂ ਕੀ ਦੱਸਣਾ ਚਾਹੋਗੇ ਸੰਸਥਾ ਬਾਰੇ? ਦੇਖੋ, ਉਹ ਤਾਂ ਮੈਂ ਇਹੋ ਕਹਿੰਦਾ ਕਿ ਅਗਰ ਕਿਸੇ ਨੂੰ ਚਾਂਸ ਮਿਲੇ ਤਾਂ ਜਾਣ ਸੀ ਜਾ ਕੇ ਦੇਖੋ, ਗੋ ਐਂਡ ਸੀ ਇਟ, ਯੂ ਨੋ। ਦੇਖੋ, ਬਟ ਆਈ ਟੈਲ ਸਮਬਾਡੀ ਇਸ ਇਜ਼ ਅ ਵਰਡ ਆਫ ਮਾਈ ਮਾਊਥ, ਬਟ ਇਫ ਯੂ ਸੀ ਵਿਦ ਯਰ ਓਨ ਆਈਜ਼ ਇਟਸ ਮਚ ਬੈਟਰ, ਸੋ ਦੇ ਵਿਲ ਰੀਅਲੀ ਸੀ, ਯੂ ਨੋ। ਬਟ ਆਲਸੋ ਇਟਸ ਅ ਫੀਲਿੰਗ, ਯੂ ਨੋ, ਵਟ ਯੂ ਫੀਲ ਇਨਸਾਈਡ, ਯੂ ਨੋ, ਐਵਰੀਬਾਡੀ ਆ ਡਿਫਰੈਂਟ ਫੀਲਿੰਗ, ਯੂ ਨੋ, ਬਟ ਆਈ ਫੀਲ, ਆਈ ਡੋਂਟ ਨੋ ਹਾਊ ਦ ਪੀਪਲ ਅਦਰ ਫੀਲ, ਯੂ ਨੋ, ਦੇ ਫੀਲ ਦ ਸੇਮ ਵੀ ਆਰ ਡਿਫਰੈਂਟ ਵੇ, ਯੂ ਨੋ, ਸੋ ਇਟਸ ਯੂਰ ਆਲ ਫੀਲਿੰਗ ਹੋ ਜੋ ਫੀਲ ਅਬਾਊਟ ਦੈਟ, ਯੂ ਨੋ, ਔਰ ਆਈ ਆਲਸੋ, ਯੂ ਨੋ, ਇਟਸ ਆਲਸੋ ਏ ਇਸ ਇੰਸਪੀਰੇਸ਼ਨ ਇਨਸਾਈਡ ਯੂ, ਵਟ ਯੂ ਵਾਂਟ ਡੂ ਸਮਥਿੰਗ ਆਰ ਨਾਟ, ਯੂ ਨੋ। ਤੇ ਤੁਸੀਂ, ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਮੇਨ ਇੰਸਪੀਰੇਸ਼ਨ ਕੀ ਸੀਗੀ ਟੂ ਸਟਾਰਟ ਗੈਟਿੰਗ ਇਨਵੋਲਵਡ ਵਿਦ ਦਿਸ ਆਰਗੇਨਾਈਜੇਸ਼ਨ ਸਪੈਸੀਫਿਕਲੀ? ਦੇਖੋ ਜੀ, ਅਸੀਂ ਤਾਂ ਪਰਸਨਲੀ ਆਈ ਐਮ ਥੈਂਕਫੁਲ ਟੂ ਗਾਡ, ਸੋ ਆਈ ਹੈਡ ਏ ਓਪਰਚੁਨਿਟੀ, ਚਲੋ ਆਈ ਕੁਡ ਡੂ ਸਮ ਸੇਵਾ, ਔਰ ਗਾਡ ਪਰਮਾਤਮਾ ਜਿਹੜਾ ਖੁਦ ਹੀ ਕਰਾਉਂਦਾ ਜੀ। ਅਤੇ ਬਾਕੀ ਤਾਂ ਮੈਂ ਇਸ ਤੋਂ ਪਹਿਲਾਂ ਹੀ ਕਿਹਾ ਸੀ ਕਿ ਵੀ ਹੈਵ ਨੋ ਕਰੇਜ ਟੂ ਡੂ ਐਨੀਥਿੰਗ, ਬਟ ਵੀ ਡੋਂਟ, ਸਾਡੀ ਨੂੰ ਸਮਰਥਨ ਨਹੀਂ ਹੈ, ਵੀ ਡੋਂਟ ਹੈਵ ਦੈਟ ਸਟਰੈਂਥ, ਬਟ ਗਾਡ ਗਿਵਸ ਯੂ ਸਮਥਿੰਗ ਟੂ ਡੂ ਸਮਥਿੰਗ, ਤਾਂ ਉਸ ਤਰ੍ਹਾਂ ਹੁੰਦਾ, ਉਹ ਆਪੇ ਪਰਮਾਤਮਾ ਖੁਦ ਕਰਾਉਂਦਾ, ਬਾਕੀ ਸਾਡੇ ਕੋਲ ਕੁਛ ਨਹੀਂ ਹੈ, ਅਸੀਂ ਤਾਂ ਖੁਦ ਇਲੀਟੇਟ ਹਾਂ, ਵੀ ਸਟਿਲ ਲਰਨਿੰਗ, ਯੂ ਨੋ, ਟ੍ਰਾਈ ਟੂ ਲਰਨ ਮੋਰ। ਡਾਕਟਰ ਸਾਹਿਬ, ਦੈਟਸ ਵੈਰੀ ਹੰਬਲ ਐਂਡ ਮਾਰਿਸਟ ਆਫ ਯੂ। ਸਤੀ ਜੀ, ਤੁਹਾਡਾ ਇਹਦੇ 'ਤੇ ਕੁਛ ਖਿਆਲ ਕਿ ਤੁਹਾਡੇ ਦਿਲੋਂ ਕੀ ਫੀਲਿੰਗ ਆਈ ਜਦੋਂ ਤੁਸੀਂ ਸ਼ੁਰੂਆਤ 'ਚ ਇਸ ਆਰਗੇਨਾਈਜੇਸ਼ਨ ਨਾਲ ਜੁੜੇ, ਤੁਹਾਨੂੰ ਇੱਦਾਂ ਲੱਗਿਆ ਦੈਟ ਦਿਸ ਵਾਜ਼ ਅ ਗੁੱਡ ਪਲੇਸ ਟੂ ਯੂ ਨੋ ਡੈਡੀਕੇਟ ਯੂਰ ਟਾਈਮ, ਯੂਰ ਐਫਰਟਸ, ਰਿਸੋਰਸਿਸ ਪੰਜਾਬ ਦੀ ਸਫਲਤਾ ਲਈ? ਹਾਂਜੀ, ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਮੈਨੂੰ ਅੰਦਰੋਂ ਇਨ ਫੀਲਿੰਗ, ਅੰਦਰੋਂ ਜੋ ਫੀਲਿੰਗ ਆਉਂਦੀ ਕਿ ਸਭ ਥੋੜ੍ਹਾ ਜਿਹਾ ਆਪਣਾ ਯੋਗਦਾਨ ਦੇਣ, ਫਿਰ ਉਸਦਾ ਰਿਜ਼ਲਟ ਬਾਅਦ ਵਿੱਚ ਦੇਖਣ, ਫਿਰ ਕੀ ਆਉਂਦਾ। ਪਹਿਲੇ ਸ਼ੁਰੂ 'ਚ ਸਾਡੇ ਨਾਲ ਬੋਲਣੇ ਨਾਲ, ਕਿਹਨੂੰ ਦੱਸਣੇ ਨਾਲ ਕੁਛ ਨਹੀਂ ਆਉਂਦਾ, ਪਹਿਲੇ ਥੋੜ੍ਹਾ ਜਿਹਾ ਪਾਰਟੀਸਪੇਟ ਕਰਨ ਸੰਸਥਾ ਨਾਲ, ਫਿਰ ਉਹ ਆਪੇ ਖੁਦ ਰਿਲਾਈਜ਼ ਕਰਨਗੇ ਕਿ ਉਹਨਾਂ ਨੇ ਕੀ ਪਾਇਆ ਸਭ ਤੋਂ। ਜੀ 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 ਜੀ। ਐਂਡ ਤੁਹਾਡੇ ਮੈਨੂੰ ਇਹ ਫੀਲਿੰਗ ਆਉਂਦੀ ਕਿ ਇੰਨੇ ਸਾਲਾਂ ਦਾ ਰਿਸ਼ਤਾ? ਹਾਂ, ਬਹੁਤ ਬਹੁਤ, ਮਤਲਬ ਅਸੀਂ ਇੱਕ ਤਾਂ ਅਸੀਂ ਪਾਠ ਪੂਜਾ ਰੱਬ ਨਾਲ ਜੁੜੇ ਦੇ ਹਾਂ, ਇੱਕ ਰੱਬ ਸਾਡੇ ਨਾਲ ਖੇਲ ਖੇਲਦਾ, ਜਿਹੜੇ ਅਸੀਂ ਕਹਿ ਨਹੀਂ ਸਕਦੇ ਹਾਂ ਕਿ ਹਰ ਜਗ੍ਹਾ ਦੁੱਖ ਸੁੱਖ ਜੋ ਹੈ ਰੱਬ ਆਪਣੇ ਆਪ, ਮਤਲਬ ਥੋੜਾ ਮੈਂ ਨਹੀਂ ਕਹਿੰਦੀ ਕਿ ਜ਼ਿਆਦਾ, ਸਾਨੂੰ ਦੇਖੋ ਅਸੀਂ ਕੀ ਕਰ ਰਹੇ ਹਾਂ, ਕਿ ਆਪਣੇ ਮਨ ਤੋਂ ਜੋ ਇੱਛਾ ਹੈ ਥੋੜਾ ਯੋਗਦਾਨ ਇਸ ਸੰਸਥਾ ਨਾਲ ਜੁੜਨ। ਜੀ ਜੀ ਜੀ, ਆਈ ਐਗਰੀ। ਤੇ ਫਿਰ ਉਹ ਵੀ ਫੀਲ ਕਰਨ, ਉਹ ਵੀ ਟੀਵੀ ਅੱਗੇ ਆਵਣ, ਉਹ ਵੀ ਬੋਲਣ ਕੁਛ ਇਸ ਤਰ੍ਹਾਂ। ਜੀ ਜੀ, ਨਹੀਂ ਇਹ ਤਾਂ ਦਿਸ ਇਜ਼ ਜਿੱਦਾਂ ਕਹਿੰਦੇ ਨਾ ਲਾਈਕ ਇਹ ਸਪੈਸ਼ਲ ਪ੍ਰੋਗਰਾਮ ਰੱਖਿਆ ਉਹਨਾਂ ਲਈ ਜਿਨ੍ਹਾਂ ਦੀ ਸਪੋਰਟ ਯੂ ਨੋ ਇਸ ਲੈਵਲ 'ਤੇ ਹੈਗੀ ਜਿੱਥੇ ਔਰਗਨਾਈਜੇਸ਼ਨ ਅੱਗੇ ਮੂਵ ਹੋ ਰਹੀ ਹੈ, ਉਹਨਾਂ ਦਾ ਕੰਮ ਰੁਕ ਨਹੀਂ ਰਿਹਾ, ਰਾਈਟ? ਹੁਣੇ ਵੀ ਆਪਾਂ ਗੱਲ ਕਰਦੇ ਹਾਂ ਕਿ ਬੜੂ ਸਾਹਿਬ 'ਤੇ ਕਰਜ਼ਾ ਹੈ, ਕਰਜ਼ਾ ਗੁਰੂ ਦੀ ਕਾਸ਼ੀ, ਗੁਰੂ ਗੋਬਿੰਦ ਸਿੰਘ ਜੀ ਦੇ ਵਚਨ ਨੂੰ ਪੂਰਾ ਕਰਨ ਲਈ ਉਹ ਕਰਜ਼ਾ ਲਿੱਤਾ, ਅਤੇ ਅੱਜ ਵੀ ਸਾਡਾ ਬੁਲਾਰਾ ਇਹੀ ਹੈ, ਔਰਗਨਾਈਜੇਸ਼ਨ ਦਾ ਇਹ ਬੁਲਾਰਾ ਹੈ ਕਿ ਤੁਸੀਂ ਉਹਨਾਂ ਨੂੰ ਸਪੋਰਟ ਕਰੋ ਤਾਂ ਕਿ ਉਹ ਹੋਰ ਅੱਗੇ ਕੰਮ ਕਰਦੇ ਰਹਿਣ, ਰਾਈਟ? ਅਤੇ ਤੁਹਾਡਾ ਵੀ ਐਕਸਪੀਰੀਅੰਸ ਰਿਹਾ ਦੈਟ ਉਹਨਾਂ ਦੀ ਜੋ ਕੰਮ ਹੋ ਰਿਹਾ ਹੈ, ਇਟ ਇਜ਼ ਨਾਟ ਜਸਟ ਯੂ ਨੋ ਡੂਇੰਗ ਵਰਕ ਫੋਰ ਟੂਡੇ ਬਟ ਬਿਲਡਿੰਗ ਫੋਰ ਟੁਮੋਰੋ, ਰਾਈਟ? ਹਾਂਜੀ,
ਉਹ ਤੇ ਗਾਡ ਮੈਸੇਜ ਸਾਨੂੰ ਆ ਰਿਹਾ ਜੀ, ਮੈਸੇਜ ਗਾਡ ਤਰਫੋਂ ਆ ਰਿਹਾ, ਅਸੀਂ ਸਮਝ ਨਹੀਂ ਰਹੇ ਇਸ ਸੰਸਥਾ ਨਾਲ ਜੁੜੇ ਨੇ ਜੋ ਇਹ ਰੱਬ ਦੀ ਜਦੋਂ ਮਿਹਰ ਹੋਏਗੀ ਨਾ, ਜੋ ਕਰੇਗਾ ਨਾ ਉਹ ਗਾਡ ਆਪਣੇ ਆਪ, ਇਸ ਵਿੱਚ ਕੋਈ ਵਰਡ ਨਹੀਂ, ਕੁਛ ਨਹੀਂ ਹੈ, ਉਹ ਆਪਣੇ ਆਪ ਨਹੀਂ। ਅਸੀਂ ਤਾਂ ਇਹ ਬੇਨਤੀ ਕਰਾਂਗੇ ਸਰਵਣ ਜੀ ਕਿ ਤੁਸੀਂ ਸੇਵਾ ਕਰੋ, ਇਹਨਾਂ ਨੂੰ ਚਾਂਸ ਦਿਓ, ਸੀ ਰਿਜ਼ਲਟ ਸੀ ਨੂੰ ਠੀਕ ਲੱਗਦਾ, ਯੂ ਕਾਂਟ ਨਿਊ ਅਦਰਵਾਈਜ਼ ਯੂ ਡਿਸਕਾਂਟ ਜੀ। ਤੇ ਹੁਣ ਸਾਡਾ ਤਾਂ ਹੋਇਆ ਜੀ, ਅਸੀਂ ਤਾਂ ਹੁਣ ਜਦ ਤੱਕ ਸਾਡੇ ਹੋ ਸਕਦਾ ਅਤੇ ਬਾਕੀ ਇਹ ਕਿ ਅਸੀਂ ਸਾਡੀ ਜਿਹੜੀ ਸਾਈਟਨੈਸ ਹੈ ਨਾ, ਸਾਡਾ ਵਿਜ਼ਨ ਹੈ ਉਹ ਵੈਰੀ ਸ਼ੋਰਟ ਹੋਈ ਹੈ। ਇਫ ਆਈ ਡੂ ਸਮਥਿੰਗ ਟੁਡੇ ਆਈ ਵਾਂਟ ਰਿਜ਼ਲਟ ਟੁਮਾਰੋ ਔਰ ਟੂ ਨਾਈਟ, ਸੋ ਇਟ ਡਸਨਟ ਹੈਪਨ ਦੈਟ ਵੇ ਇਨਸਟੈਂਟ ਗ੍ਰੈਟੀਫਿਕੇਸ਼ਨ ਯਾ ਨਾ, ਫੂਡ ਇਜ਼ ਅਪ ਟੂ ਦਾ ਗਾਡ, ਯੂ ਨੋ ਯੂ ਸੀ ਯੂ ਮਾਈਟ ਗੈਟ ਇਟ ਯੂ ਵਿਲ ਨਾਟ ਗੈਟ ਇਟ, ਸੋ ਉਸ ਤੋਂ ਤੁਸੀਂ ਨਾ ਉੱਪਰ ਉੱਠ ਕੇ ਤੁਸੀਂ ਉਹ ਮਤਲਬ ਕਿ ਕਾਮਨਾ ਨਹੀਂ ਕਰਨੀ ਕਿ ਮੈਨੂੰ ਫਲ ਮੈਂ ਉਸੀ ਕਾਮਨਾ ਨਹੀਂ ਕਰਨੀ, ਸੋ ਦੈਟ ਯੂ ਡੂ ਇਟ ਯੂ ਨੋ, ਤੋ ਜਿਹੜੀ ਸੇਵਾ ਹੁੰਦੀ ਹੈ ਮਤਲਬ ਕਿ ਇਹ ਇਸ ਫਰੂਟਲੈਸ, ਉਹਦੇ ਫਰੂਟ ਤੁਸੀਂ ਨਹੀਂ ਦੇਖਣਾ ਕਿ ਮੈਨੂੰ ਉਹਦਾ ਫਲ ਮਿਲੇਗਾ, ਤੋ ਸੇਵਾ ਨਹੀਂ ਹੈ ਫਿਰ ਤੁਸੀਂ ਫਲ ਵਾਸਤੇ ਕਰੇ, ਇਟਸ ਨਾਟ ਸੇਵਾ ਯੂ ਨੋ, ਉਹ ਤੁਹਾਡੀ ਭਾਵਨਾ ਆਈ ਹੈ, ਤੁਸੀਂ ਡੂਇੰਗ ਫਾਰ ਸਮ ਰੀਜ਼ਨ ਯੂ ਨੋ, ਸੋ ਉਹ ਜੋ ਫਰੀ ਆਫ ਮਾਈਂਡ ਤੁਸੀਂ ਕਰਨਾ ਜਿਹੜਾ, ਤੋ ਤੁਸੀਂ ਭਾਵੇਂ $10 ਵੀ ਦਿਓਗੇ ਆਈ ਥਿੰਕ ਦੈਟਸ ਮੋਰ ਅਸੈਪਟੇਬਲ, ਜੇ ਕੋਈ ਕਰੋੜ ਆਫ ਰੁਪੀਸ ਦੈਟ ਨਾਟ ਅਸੈਪਟੇਬਲ ਆਈ ਥਿੰਕ ਦੈਟ ਯੂ ਨੋ, ਅਤੇ ਬਾਕੀ ਮੇਰੀ ਸਾਰੇ ਬੇਨਤੀ ਹੋਇਆ ਕਿ ਸਾਰੇ ਵੀ ਬੁੜੀ ਸਰਾਂ ਜੁੜੋ, ਉਹਨਾਂ ਦੇ ਮਤਲਬ ਜਿਹੜਾ ਇਹਨਾਂ ਦਾ ਜਿਹੜਾ ਏਮ ਹੈਗਾ ਟੂ ਲਿਫਟ ਦਾ ਪੰਜਾਬ ਚਿਲਡਰਨ, ਪੰਜਾਬ ਇਟ ਸੈਲਫ ਯੂ ਨੋ, ਜੋ ਪੰਜਾਬ ਦੀ ਹਾਲਤ ਹੈਗੀ ਆ ਹੁਣ, ਆਈ ਐਮ ਨੋਟ ਫਰੋਮ ਪੰਜਾਬ ਬਟ ਆਈ ਸਟਿਲ ਫੀਲ ਯੂ ਨੋ ਕਿ ਕੁਛ ਵੀ ਹੈ, ਕੋਈ ਬੱਚੇ ਸਫ਼ਰ ਕਰ ਰਹੇ ਨੇ, ਕੁਛ ਵੀ ਹੋ ਰਿਹਾ, ਨਾਟ ਇਵਨ ਪੰਜਾਬ, ਆਈ ਫੀਲ ਫੋਰ ਐਵਰੀ ਬਾਡੀ ਯੂ ਨੋ ਇਨ ਦਾ ਵਰਲਡ, ਬਟ ਇੰਡੀਆ ਕਾਫੀ ਹੋ ਰਿਹਾ, ਬਟ ਹੁਣ ਅਸੀਂ ਸਾਰਿਆਂ ਦਾ ਨਹੀਂ ਕਰ ਸਕਦੇ, ਚਲੋ ਥੋੜ੍ਹਾ ਬਹੁਤ ਹੀ ਕਰੀਏ, ਫਿਰ ਵੀ ਕੈਨ ਡੂ ਇਟ ਯੂ ਨੋ, ਤੁਸੀਂ ਸਮ ਲਿਮਿਟ ਯੂ, ਸਾਡੀ ਲਿਮਿਟ ਹੈਗੀ ਹੈ, ਐਜ਼ ਮੈਂ ਹੋਪ ਫੋਰ ਆਈ ਕੈਨ ਗੋ ਆਊਟ, ਵੀ ਕੈਨ ਗੋ ਯੂ ਨੋ। ਨੋ ਬਟ ਆਈ ਥਿੰਕ ਐਵਰੀ ਵਨ ਵੁੱਡ ਅਗਰੀ ਦੈਟ ਤੁਸੀਂ ਇੱਕ ਬੜੀ ਵਧੀਆ ਮਿਸਾਲ ਸੈੱਟ ਕੀਤੀ ਹੈ ਆਪਣੀ ਸਪੋਰਟ ਅਤੇ ਆਪਣੀ ਕੰਟਰੀਬਿਊਸ਼ਨ ਨਾਲ, ਅਤੇ ਹੋਰਾਂ ਨੂੰ ਵੀ ਇੰਸਪਾਇਰ ਕਰ ਰਹੇ ਹੋ ਕਿ ਉਹ ਵੀ ਅੱਗੇ ਆ ਕੇ ਜੁੜਨ ਅਤੇ ਆਪਣਾ ਵੀ ਦਸਵੰਤ ਕੱਢਣ। ਬਟ ਜੀ ਬਟ ਇਹ ਕੁਛ ਵੱਡੀ ਗੱਲ ਨਹੀਂ ਹੈਗੀ, ਬਟ ਸੋ ਆਈ ਵਿਲ ਸੇ ਇਟਸ ਨਾਟ ਬਿਗ ਥਿੰਗ, ਬਟ ਵੀ ਟ੍ਰਾਈ ਲਿਟਲ ਬਿਟ ਯੂ ਨੋ, ਸੋ ਸਾਡੇ ਤੋਂ ਇੱਕ ਹੋਰ ਬੜੇ ਵੱਡੇ ਬੈਠੇ ਨੇ ਜਿਹੜੇ ਦਾਨੀ ਹੈਗੇ ਨੇ, ਸੇਵਾਦਾਰ ਹੈਗੇ ਨੇ, ਸੋ ਵੀ ਆਰ ਜਸਟ ਯੂ ਨੋ, ਵੀ ਆਰ ਜਸਟ ਬਾਟ ਔਨ ਯੂ ਵੇਸਟ ਟਾਈਮ। ਤੇ ਡਾਕਟਰ ਸਾਹਿਬ ਆਪਾਂ ਇੱਥੇ ਰੁਕਦੇ ਹਾਂ ਛੋਟੀ ਜਿਹੀ ਬ੍ਰੇਕ ਲਈ, ਤੁਸੀਂ ਵੀ ਜੁੜੇ ਰਹੋ, ਵੀ ਰਾਈਟ ਬੈਕ, ਅਤੇ ਹੋਰ ਗੱਲਾਂ ਹੁੰਦੀਆਂ ਡਾਕਟਰ ਅਤੇ ਮਿਸਿਜ਼ ਰੇਨਾ ਨਾਲ। ਪਹੁੰਚੇ ਹਾਂ ਵੈਸਟ ਲੇਕ ਓਹਾਇਓ, ਅਤੇ ਗੱਲ ਹੋ ਰਹੀ ਹੈ ਡਾਕਟਰ ਅਤੇ ਮਿਸਿਜ਼ ਰੇਨਾ ਨਾਲ ਇਹ ਸਪੈਸ਼ਲ ਐਪੀਸੋਡ ਵਿੱਚ, ਦੁਨੀਆ ਸੇਵ ਕਮਾਈਏ ਦੇ ਵਿੱਚ। ਡਾਕਟਰ ਸਾਹਿਬ ਸੱਤੀ ਜੀ, ਤੁਸੀਂ ਇੱਥੇ ਕਲੀਵਲੈਂਡ ਓਹਾਇਓ ਵਿੱਚ ਲੇਟ 80s ਤੋਂ ਵੱਸਦੇ ਹੋ, ਤੁਸੀਂ ਕਿੱਦਾਂ ਡਿਸਕ੍ਰਾਈਬ ਕਰੋਗੇ ਜੋ ਇੱਥੇ ਦੀ ਨੋਨ ਇੰਡੀਅਨ ਕਮਿਊਨਿਟੀ ਹੈਗੀ, ਉਹ ਕਿਸ ਤਰ੍ਹਾਂ ਆਪਣੇ ਪੰਜਾਬੀਆਂ ਨੂੰ ਤੁਸੀਂ ਸਿੱਖੀ ਸਰੂਪ ਰੱਖਦੇ ਹੋ, ਇਹਨਾਂ ਨੂੰ ਕਿੱਦਾਂ ਵਿਊ ਕਰਦੀ ਸੀ ਉਸ ਟਾਈਮ ਅਤੇ ਹੁਣ ਕਿੱਦਾਂ ਕਰਦੀ ਹੈ? ਪੰਜਾਬੀ ਜੀ, ਮੈਂ ਤਾਂ ਪੰਜਾਬ ਤੋਂ ਨਹੀਂ ਹਾਂ, ਬਟ ਜੋ ਅਸੀਂ ਦੇਖਿਆ ਇੱਥੇ ਜਾਂ ਥੋੜ੍ਹਾ ਬਹੁਤਾ ਆਈਡੀਆ ਹੈਗਾ, ਅਤੇ ਪੰਜਾਬ ਜਿਹੜੇ ਕਮਿਊਨਿਟੀ ਹੈ ਦਿਸ ਵੈਰੀ ਪ੍ਰੋਗਰੈਸਿਵ ਹੈ, ਬੜੇ ਦੇ ਆਰ ਵੈਰੀ ਯੂ ਨੋ ਕੋਰੀਅਸ, ਔਰ ਕੰਮ ਕਰਦੇ ਨੇ, ਡਟ ਕੇ ਕੰਮ ਕਰਦੇ ਨੇ, ਔਰ ਨਾ ਹਰ ਫੀਲਡ 'ਚ ਤਰੱਕੀ ਕੀਤੀ ਹੈ, ਐਵਰੀਵੇਅਰ ਦੇ ਡਨ। ਹੁਣ ਇਹ ਕਿ ਜਿੱਥੇ ਅਸੀਂ ਆਪਣਾ ਵਿਰਸਾ ਸੰਭਾਲੀਏ ਆਪਣੇ ਚਿਲਡਰਨ ਬੱਚੇ, ਆਈ ਥਿੰਕ ਵੀ ਹੈਵ ਫੇਲ ਟੂ ਸਮ ਐਕਸਟੈਂਟ ਦੈਟ ਪਾਰਟ, ਯੂ ਨੋ ਵੀ ਕੁਡ ਨਾਟ, ਵੀ ਕੁਡ ਨਾਟ, ਮੇ ਬੀ ਯੂ ਨੋ ਵੈਨ ਦਾ ਫਸਟ ਜਨਰੇਸ਼ਨ ਕਮ ਦੇ ਆਰ ਵਰਕ, ਦੇ ਹੈ ਨਾਟ ਐਨਫ ਟਾਈਮ ਫੋਰ ਚਿਲਡਰਨ ਔਰ ਸਮ ਹਾਉ, ਸੋ ਉਹਦੇ ਇਹ ਕਿ ਜਿਹੜਾ ਸਾਡਾ ਗੁਰਬਾਣੀ ਜਿਹੜੀ ਸਿੱਖੀ ਹੈ, ਜਿਹੜਾ ਅਸੀਂ ਬੇਸਿਕ ਕਹਿੰਦੇ ਹਾਂ ਕਿ ਜਿਹਦੇ ਵਿੱਚੋਂ ਸਾਨੂੰ ਸਾਰਾ ਗਿਆਨ ਮਿਲਦਾ, ਵੀ ਆਰ ਲਿਵਡ ਅਵੇ ਫਰੋਮ ਦੈਟ, ਯੂ ਨੋ, ਅਤੇ ਉਹਦੇ ਵਿੱਚ ਉਹ ਹੈ ਕਿ ਵੀ ਆਰ ਪੁੱਟ ਲਿਵਡ ਮੋਰ ਐਫਰਟ, ਯੂ ਨੋ। ਹੁਣ ਅਸੀਂ ਇੱਥੇ ਵੀ ਮਤਲਬ ਕਿ ਬੱਚੇ ਦੀਆਂ ਕਲਾਸਾਂ ਲੱਗਦੀਆਂ, ਕਾਫੀ ਬੱਚੇ ਸਿੱਖਦੇ ਵੀ ਹੈਗੇ ਨੇ, ਪੰਜਾਬੀ ਪੜ੍ਹਦੇ ਨੇ, ਅਤੇ ਕਾਫੀ ਜਿਹੜੇ ਬੱਚੇ ਅੱਗੇ ਆ ਰਹੇ ਨੇ, ਗੁਰਸਿੱਖ ਵੀ ਹੈਗੇ ਨੇ, ਅਤੇ ਉਹਦੇ ਵਿੱਚ ਇਹ ਹੈ ਕਿ ਜੇ ਅਗਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਅੰਡਰਸਟੈਂਡ ਕਰ ਜਾਈਏ ਤਾਂ ਸਭ ਕੁਛ ਹੈਗਾ ਉਹਦੇ ਜੀ, ਸੋ ਪੰਜਾਬੀ ਇਸ ਕਮਿਊਨਿਟੀ ਆਏ ਸੱਚ ਇਜ਼ ਆਨ ਦਾ ਓਵਰਆਲ ਓਵਰ, ਸੋ ਇਸ ਇਜ਼ ਵੈਰੀ ਪ੍ਰੋਗਰੈਸਿਵ, ਡੂਇੰਗ ਵੈਰੀ ਵੈਲ ਜੀ। ਦੈਨ ਦਾ ਔਰ ਤੁਸੀਂ ਦੇਖਿਆ ਨਾ ਕਿ ਇੱਥੇ ਜੇ ਰਿਪੋਰਟਾਂ ਆਉਂਦੀ ਉਹਦੇ 'ਚ ਦਾ ਜਿਹੜੇ ਏਸ਼ੀਅਨ ਹੈਗੇ ਨੇ ਜਾਂ ਪੰਜਾਬੀ ਹੈਗੇ, ਦੇਰ ਇਨਕਮ ਇਜ਼ ਆਈ ਥਿੰਕ ਮਸਟ ਬੀ ਡਬਲ ਦੈਨ ਦਾ ਐਵਰੇਜ ਇਨਕਮ ਆਫ ਦਿਸ ਅਮਰੀਕਨਸ ਜੀ, ਐਬਸੋਲੂਟਲੀ ਡੂਇੰਗ ਦਾ ਸੇਮ ਜੌਬ ਆਸ ਥਿੰਗ ਲਾਈਕ ਦੇ ਆਰ, ਯੂ ਨੋ, ਸੋ ਐਂਡ ਇਹਦੇ ਵਿੱਚ ਤੁਸੀਂ ਬੜਾ ਵਧੀਆ ਪੁਆਇੰਟ ਛੇੜਿਆ ਹੈ ਕਿ ਜੋ ਸਾਊਥ ਏਸ਼ੀਅਨ ਜਾਂ ਇੰਡੀਅਨ ਜਾਂ ਪੰਜਾਬੀ ਵੀ ਕਹਿ ਲਓ ਆਪਣੇ ਆਉਂਦੇ ਇਮੀਗ੍ਰੈਂਟਸ ਇੱਥੇ, ਜਦੋਂ ਉਹ ਪ੍ਰੋਫੈਸ਼ਨਲ ਕਰੀਅਰਸ ਜਾਂ ਆਂਟਰਪ੍ਰਨਿਓਰਸ਼ਿਪ ਵਿਦ ਵਸਤੇ ਵਿੱਚ ਇਨਵੋਲਵ ਹੁੰਦੇ ਆ, ਅਤੇ ਉਹਨਾਂ ਦੀ ਜੋ ਤਰੱਕੀ ਹੁੰਦੀ ਹੈ ਇਟ ਇਜ਼ ਕੰਪੇਰੇਬਲੀ ਬੈਟਰ ਦੈਨ ਯੂ ਨੋ ਕਾਊਂਟਰਪਾਰਟਸ ਜੋ ਇੰਡੀਅਨ ਨਹੀਂ ਹੁੰਦੇ, ਰਾਈਟ? ਅਤੇ ਇਹਦੇ 'ਚ ਅਗਰ ਤੁਸੀਂ ਇੱਕ ਚੀਜ਼ ਆਈਡੈਂਟੀਫਾਈ ਕਰਨੀ ਹੋਏ ਦੈਟ ਇਜ਼ ਦ ਰੀਜ਼ਨ ਫੋਰ ਦੈਟ, ਤੁਹਾਡੇ ਖਿਆਲ 'ਚ ਉਹ ਕੀ ਚੀਜ਼ ਹੋਏਗੀ ਜੋ ਜ਼ਿਆਦਾ ਆਪਣੀ ਕਮਿਊਨਿਟੀ ਨੂੰ ਤਰੱਕੀ ਦਿੰਦੀ ਹੈ?
ਦੇਖੋ ਇਹਦੇ ਵਿੱਚ ਤਾਂ ਬੇਸਿਕਲੀ ਤਾਂ ਹਾਰਡ ਵਰਕ, ਤੁਸੀਂ ਕਿਸੇ ਵੀ ਜਗ੍ਹਾ ਜਾਓਗੇ ਹਾਰਡ ਵਰਕ ਕਰੋਗੇ ਉਹ ਤਾਂ ਫਲ ਤੁਹਾਨੂੰ ਮਿਲੇਗਾ। ਸੋ ਆਈ ਵਿਲ ਸੇ ਦਾ ਆਵਰ ਕਮਿਊਨਿਟੀ ਵੈਰੀ ਹਾਰਡ ਵਰਕਿੰਗ, ਸਿੰਸੀਅਰ ਵੀ ਹੈਗੇ ਨੇ, ਕੰਮ ਡਟ ਕੇ ਕਰਦੇ ਨੇ, ਮਤਲਬ ਜੋ ਵੀ ਕਿਸੇ ਵੀ ਕਰਦੇ ਨੇ, ਪ੍ਰੋਫੈਸ਼ਨ ਵੀ ਹੈਗੇ ਨੇ। ਸੋ ਮੋਸਟ ਆਫ ਦਾ ਪੀਪਲ ਆਰ ਵੈਰੀ ਸਿੰਸੀਅਰ, ਡੂ ਵੈਰੀ ਹਾਰਡ ਵਰਕ, ਆਲ ਹਾਰਡ ਵਰਕ। ਐਂਡ ਜੋ ਆਪਣੇ ਬੱਚੇ ਵੀ ਇੱਥੇ ਮਤਲਬ ਪੜ੍ਹਦੇ ਹੈ ਉਹਨਾਂ ਵਿੱਚ ਤੁਸੀਂ ਕਹਿ ਸਕਦੇ ਹੋ ਤੁਹਾਡੇ ਵੀ ਬੱਚੇ ਹੈ, ਦੋਨੋਂ ਸਿੱਖੀ ਸਰੂਪ ਰੱਖਦੇ ਹੈ, ਅਤੇ ਜੋ ਆਪਣੇ ਬੱਚਿਆਂ ਨੂੰ ਐਜੂਕੇਸ਼ਨ 'ਤੇ ਫੋਕਸ ਆਪਣੀ ਏਸ਼ੀਅਨ ਜਾਂ ਇੰਡੀਅਨ ਫੈਮਲੀਜ਼, ਪੰਜਾਬੀ ਫੈਮਲੀਜ਼ ਪਾਉਂਦੀਆਂ, ਉਹ ਤੁਹਾਨੂੰ ਲੱਗਦਾ ਇਜ਼ ਆਫ ਅ ਹਾਇਰ ਲੈਵਲ ਦੈਨ ਅਦਰ ਕਮਿਊਨਿਟੀਜ਼? ਨਹੀਂ, ਐਜੂਕੇਸ਼ਨ ਤਾਂ ਸਾਡੀ ਕਾਫੀ ਅੱਛੀ ਹੈ ਜੀ, ਪੰਜਾਬੀ ਕਮਿਊਨਿਟੀ ਕਾਫੀ ਅੱਛੀ ਹੈ, ਬਟ ਵੀ ਆਰ ਆਲਸੋ ਲੈਕਿੰਗ ਸਮ ਅਦਰ, ਯੂ ਨੋ, ਇਸ ਕੰਪੇਅਰ ਟੂ ਦਾ ਅਦਰ ਸਮ ਆਫ ਦੋ ਵੀ ਆਰ ਲਿਟਲ ਬਿਹਾਈਂਡ, ਲੈਗਿੰਗ ਬਿਹਾਈਂਡ ਟੂ, ਯੂ ਨੋ ਜੀ। ਅਤੇ ਉਹਦੇ ਵਿੱਚ ਪੰਜਾਬੀ ਤਾਂ ਇਹ ਦਿਸ ਇੰਟੈਕਚੁਅਲ ਇਨ ਪੰਜਾਬ ਟੂ, ਯੂ ਨੋ, ਬੜੇ ਪ੍ਰੋਸੈਸ ਹੈ ਸਾਡੇ ਹੈੱਡ ਆਫ ਡਿਪਾਰਟਮੈਂਟ, ਦੇ ਆਰ ਇਨ ਆਲ ਦਾ ਯੂ ਨੋ ਆਲ ਦਾ ਸਫੀਅਰਸ ਆਫ ਦਾ ਸਾਇੰਟਿਫਿਕ, ਯੂ ਨੋ, ਡਿਪਾਰਟਮੈਂਟਸ ਦੇ ਅਤੇ ਇੰਡੀਆ ਜਿਹੜਾ ਕੰਮ ਕੀਤਾ ਸਾਰਿਆਂ ਨੇ, ਇੱਥੇ ਵੀ ਦੇ ਆਰ ਡੂਇੰਗ ਵੈਰੀ ਵੈਲ ਜੀ, ਇੱਥੇ ਵੀ ਆ ਕੇ ਦੇ ਆਰ ਸਾਇੰਟਿਸਟ ਵੀ ਹੈਗੇ ਨੇ, ਬਟ ਦੇ ਡੂਇੰਗ ਵੈਰੀ ਵੈਲ ਜੀ। ਅਤੇ ਜਦੋਂ ਐਜੂਕੇਸ਼ਨ ਦੀ ਗੱਲ ਹੁੰਦੀ ਹੈ, ਇੱਕ ਤਾਂ ਹੁੰਦੀ ਜੋ ਇੱਥੇ ਆਪਣੇ ਬੱਚੇ ਪੜ੍ਹ ਰਹੇ ਹੈ ਅਤੇ ਜੋ ਇੰਡੀਆ ਆਪਣੇ ਬੱਚੇ ਪੜ੍ਹ ਰਹੇ ਹੈ, ਜਿਨ੍ਹਾਂ ਦੇ ਕੋਲ ਸ਼ਾਇਦ ਰੀਸੋਰਸਿਸ ਨਾ ਹੋਣ, ਜਿਨ੍ਹਾਂ ਨੂੰ ਸ਼ਾਇਦ ਗਵਰਨਮੈਂਟ ਨਹੀਂ ਉਹ ਰੀਸੋਰਸਿਸ ਦਿੰਦੀ ਉਸ ਲੈਵਲ ਦੀ ਐਜੂਕੇਸ਼ਨ ਹਾਸਲ ਕਰਨ ਲਈ, ਉਹਨਾਂ ਦੇ ਕੋਲ ਕੀ ਚਾਰੇ ਰਹਿ ਜਾਂਦੇ ਹੈ? ਦੇਖੋ ਇੰਡੀਆ ਵਿੱਚ ਤਾਂ ਇੱਕ ਪ੍ਰੋਬਲਮ ਹੈਗੀ ਹੈ ਕਿ ਹੁਣ ਉੱਥੇ ਸਿਸਟਮ ਐਸਾ ਹੈ ਕਿ ਉਹਦੇ ਇੰਪਾਰਸ਼ੀਅਲਿਟੀ ਹੁੰਦੀ ਆ। ਹੁਣ ਜਿਹੜਾ ਅਸੀਂ ਇੰਜਸਟਿਸ ਕਹਿ ਲਈਏ, ਕਈ ਬੱਚੇ ਬੜੇ ਇੰਟੈਲੀਜੈਂਟ ਹੁੰਦੇ ਨੇ ਲੇਕਿਨ ਉਹਨਾਂ ਕੋਲ ਰਿਸੋਰਸਿਸ ਨਹੀਂ ਹੈਗੇ, ਯੂ ਨੋ, ਉੱਥੇ ਮਨੀ ਗੇਮ ਵੀ ਹੈਗੀ ਹੈ ਅਤੇ ਉਹ ਅੱਗੇ ਆ ਨਹੀਂ ਸਕਦੇ, ਔਰ ਉਹਨਾਂ ਕੋਲ ਖਰਚਾ ਨਹੀਂ ਹੁੰਦਾ ਕਿ ਉਹ ਕਾਲਜ ਜਾ ਕੇ ਅੱਛੀ ਐਜੂਕੇਸ਼ਨ ਲੈ ਸਕਣ। ਤੋ ਜਿਹੜੇ ਜਿਹਨਾਂ ਕੋਲ ਥੋੜ੍ਹੇ ਪੈਸੇ ਹੁੰਦੇ ਆ, ਜਿਹੜਾ ਅਫੋਰਡ ਕਰ ਸਕਦੇ ਆ, ਦੇ ਗੋ ਆਲ ਬਿਗ ਯੂਨੀਵਰਸਿਟੀਜ਼ ਬਿਗ, ਸੋ ਗੈਟ ਅ ਗੁੱਡ ਐਜੂਕੇਸ਼ਨ, ਬਟ ਦੇ ਮੈਂ ਨਾਟ ਨੋ ਦੈਟ ਮਾਈ ਇੰਟੈਲੀਜੈਂਟ, ਯੂ ਨੋ, ਅਤੇ ਉਹ ਪਿੱਛੇ ਰਹਿ ਜਾਂਦੇ। ਬਟ ਹੇਅਰ ਇਜ਼ ਅ ਇਕੁਅਲ ਓਪਰਚੁਨਿਟੀ। ਸੋ ਇਸ ਮੁਲਕ ਵਿੱਚ ਮੈਂ ਦੇਖਿਆ ਕਿ ਬੱਚਾ ਫਾਦਰ ਕੁਛ ਹੀ ਕਰਦਾ, ਡਜ਼ਨਟ ਮੈਟਰ, ਯੂ ਨੋ, ਉਹ ਗ੍ਰੰਥੀ ਸਿੰਘ ਹੈਗਾ ਕੀ ਹੈਗਾ, ਵੈਸੇ ਐਗਜ਼ਾਮਪਲ, ਬਟ ਦੇ ਆਲ ਡੂਇੰਗ ਵੈਰੀ ਵੈਲ, ਪਿੱਛੇ ਸਾਰੇ ਬੱਚੇ ਪੜ੍ਹਨ, ਦੇ ਡੂਇੰਗ ਵੈਰੀ ਵੈਲ। ਸੋ ਇੱਥੇ ਇਕੁਅਲ ਓਪਰਚੁਨਿਟੀ, ਕੋਈ ਬੱਚਾ ਕਿਸੇ ਕਾਲਜ ਜਾਏਗਾ, ਉਹਨਾਂ ਨੇ ਇਹ ਦੇਖਣਾ ਕਿ ਇਸਦਾ ਬਟਸ ਬੈਕਗਰਾਊਂਡ ਕੀ ਹੈਗਾ, ਪੈਸੇ ਹੈਗੇ ਨਹੀਂ ਹੈਗੇ, ਉਹਨਾਂ ਦੇਖਣਾ ਉਹਦੀ ਐਜੂਕੇਸ਼ਨ ਇਜ਼ ਈ ਫਿਟ ਆਰ ਨਾਟ, ਇਜ਼ ਜਾਂ ਇਜ਼ ਆਫ ਟੂ ਅ ਮਾਰਕ ਆਫ ਆਵਰ ਸਟੈਂਡਰਡ ਆਰ ਨਾਟ। ਸੋ ਉਹਦੇ ਹਿਸਾਬ ਨਾਲ ਇਸ ਮੱਚ, ਯੂ ਨੋ, ਇਕੁਐਲਿਟੀ ਜੀ। ਐਂਡ ਯੂਨਾਈਟਿਡ ਸਟੇਟਸ ਜਦੋਂ ਗੱਲ ਆਉਂਦੀ ਹੈ, ਇੱਥੇ ਤਾਂ ਇਟ ਇਜ਼ ਬਾਏ ਲਾਅ ਮੈਂਡੇਟੋਰੀ ਕਿ ਹਰੇਕ ਬੱਚਾ ਸਕੂਲ ਵਿੱਚ ਅਟੈਂਡੈਂਸ ਲਾਏ, ਬਟ ਇੰਡੀਆ ਵਿੱਚ ਇੱਦਾਂ ਦਾ ਹਾਲੇ ਤੱਕ ਉਸ ਲੈਵਲ ਤੱਕ ਨਹੀਂ ਗੱਲ ਪਹੁੰਚੀ। ਜੋ ਆਪਣੇ ਪਿੰਡਾਂ 'ਚ ਬੱਚੇ ਰਹਿੰਦੇ ਹੈ ਜਿਨ੍ਹਾਂ ਦੇ ਕੋਲ ਸ਼ਾਇਦ ਕੋਈ ਸਕੂਲ ਲਾਗੇ ਨਾ ਹੋਏ ਜਾਂ ਛੋਟਾ ਵੀ ਕੁਛ ਵੀ ਨਾ ਹੋਏ ਉਹਨਾਂ ਦੇ ਕੋਲ, ਉਹਨਾਂ ਦੇ ਕੋਲ ਕੋਈ ਹੋਰ ਪ੍ਰੋਵਿਜ਼ਨਸ ਨਹੀਂ ਹੈਗੇ, ਬਟ ਇੱਕ ਇਸ ਤਰ੍ਹਾਂ ਦੀ ਸੰਸਥਾ ਬੜੂ ਸਾਹਿਬ, ਉਹਨਾਂ ਦਾ ਮਿਸ਼ਨ ਹੀ ਇਹ ਹੈਗਾ ਕਿ ਜੋ ਪਿੰਡਾਂ ਦੇ ਬੱਚੇ ਹੈ ਉਹਨਾਂ ਦੇ ਕੋਲ ਵੀ ਉਹ ਓਪਰਚੁਨਿਟੀਜ਼ ਹੋਣੀ ਚਾਹੀਦੀਆਂ ਉਸ ਐਜੂਕੇਸ਼ਨ ਨੂੰ ਹਾਸਲ ਕਰਨ ਦੀ ਜੋ ਆਪਣੇ ਸ਼ਹਿਰਾਂ 'ਚ ਬੱਚੇ ਰਹਿੰਦੇ ਆ। ਨਹੀਂ, ਆਈ ਥਿੰਕ ਵੀ ਸ਼ੁੱਡ ਅਪਰੀਸ਼ੀਏਟ ਦੈਟ ਕਿ ਉਹਨਾਂ ਸਮਟਾਈਮ ਵੀ ਸੀ ਔਨ ਦਾ ਟੀਵੀ ਜਾਂ ਨਿਊਜ਼ ਕਿ ਪਿੰਡਾਂ ਵਿੱਚ ਸਕੂਲ ਆ ਗਏ, ਬਰੋਕਨ ਬਿਲਡਿੰਗ ਹੈਗੇ ਨੇ, ਵਾਟਰ, ਯੂ ਨੋ, ਬੈਠਣ ਜਗ੍ਹਾ ਨਹੀਂ, ਦੇ ਸਿਟਿੰਗ ਆਊਟਸਾਈਡ ਇਨ ਦਾ ਵਿੰਟਰ, ਸੋ ਟੀਚਰ ਨਹੀਂ ਹੈਗੇ, ਸੋ ਦੇ ਔਰ ਗਵਰਮੈਂਟ ਇਜ਼ ਨਾਟ ਡੂਇੰਗ ਮੱਚ ਜੀ। ਉਹ ਗਵਰਮੈਂਟ ਤਾਂ ਬਸ ਉਹ ਤਾਂ ਆਪਣਾ ਖਾਣਾ ਪੂਰਤੀ ਕਰਦੇ ਨੇ, ਅਸੀਂ ਖਾਣਾ ਪੂਰਤੀ ਅਤੇ ਦੇ ਨਾਟ ਡੂਇੰਗ ਮੱਚ, ਯੂ ਨੋ। ਤਾਂ ਉਹਦੇ ਲਈ ਖਾਸ ਕਰ ਜਿਹੜੇ ਤੁਹਾਡੇ ਬਾਰਡਰ ਏਰੀਆ ਪੰਜਾਬ ਜਿੰਨੇ ਉੱਥੇ ਸਕੂਲ ਦੇ, ਉੱਥੇ ਤਾਂ ਬਹੁਤ ਹੀ ਕੰਮ ਖਰਾਬ ਹੈਗਾ, ਬਟ ਨਿਊਜ਼ ਆਰ ਕਮਿੰਗ, ਯੂ ਨੋ, ਬਟ ਵੀ ਸੀ ਔਨ ਦਾ ਟੀ ਵੀ ਅਦਰ ਚੈਨਲ, ਯੂ ਨੋ, ਅਦਰ ਰਿਸੋਰਸਿਸ, ਤਾਂ ਉਹਦੇ ਵਿੱਚ ਅਗਰ ਜਿਹੜੇ ਬੜੂ ਸਾਹਿਬ ਦਾ ਤਾਂ ਇਸ ਬਿਗ ਕੰਟਰੀਬਿਊਸ਼ਨ ਜੀ। ਐਂਡ ਇਹਨਾਂ ਦੀ ਕੰਟਰੀਬਿਊਸ਼ਨ ਨਾ ਕਿ ਸਿਰਫ ਸਕੂਲਸ ਪਿੰਡਾਂ ਵਿੱਚ ਲਾਉਣ ਦੀ ਹੈਗੀ, ਬਟ ਜਦੋਂ ਕੋਈ ਬੱਚੇ ਸਕੂਲ ਤੋਂ ਉਹਨਾਂ ਦਾ ਡਿਸਟੈਂਸ ਬਹੁਤ ਹੁੰਦਾ ਅਤੇ ਉਹਨਾਂ ਦੀ ਟਰਾਂਸਪੋਰਟ ਦੀ ਵੀ ਪ੍ਰੋਵਿਜ਼ਨਸ ਹੁੰਦੇ ਆ, ਰਾਈਟ ਜੀ ਜੀ। ਨਹੀਂ ਤਾਂ ਫਿਰ ਇਹ ਤਾਂ ਬੜਾ ਅੱਛਾ ਰਹਿੰਦਾ, ਪ੍ਰੋਵਾਈਡ ਦਾ ਟਰਾਂਸਪੋਰਟ ਆਸ ਬੜੀ ਸਾਰੀ ਜੀ 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 ਜੀ, ਤਾਂ ਕਿ ਕੋਈ ਬੱਚਾ ਇਹ ਨਾ ਹੋਏ ਕਿ ਮੈਂ ਸਕੂਲ ਪਹੁੰਚ ਨਹੀਂ ਸਕਦਾ ਇਸ ਲਈ ਮੈਂ ਸਕੂਲ ਜਾ ਨਹੀਂ ਸਕਦਾ, ਰਾਈਟ। ਨਾਲੇ ਫਿਰ ਇੱਕ ਗੱਲ ਹੋ ਰਹੀ ਹੈ, ਜੇ ਦੇਖੋ ਇਹ ਤਾਂ ਦੇ ਆਰ ਮੇਕਿੰਗ ਏ ਕੰਬੀਨੇਸ਼ਨ ਆਫ ਐਜੂਕੇਸ਼ਨ ਐਂਡ ਸਪਿਰਿਚੁਅਲਿਟੀ, ਅਧਿਆਤਮ, ਜਿਹੜਾ ਸਾਡੀ ਵਿੱਦਿਆ ਹੈਗੀ ਹੈ ਅਧਿਆਤਮਕ, ਅਤੇ ਉਹਦਾ ਇਹ ਕੰਬੀਨੇਸ਼ਨ ਕਰਨ, ਜਿਸ ਬੰਦੇ ਦੋ ਚੀਜ਼ਾਂ ਹੋਣੀਆਂ ਉਹ ਕਦੇ ਜ਼ਿੰਦਗੀ ਫੇਲ ਹੋ ਹੀ ਨਹੀਂ ਸਕਦਾ ਜੀ। ਦੇਖੋ ਨਾ, ਉਹਨਾਂ ਉਹਦੀ ਆਪਣੀ ਸੋਝੀ ਜਿਹੜੀ ਹੈ ਦਿਮਾਗ ਦੀ, ਇੰਟੈਲੀਜੈਂਸੀ ਉਹਦੇ, ਉਹਦੀ ਐਜੂਕੇਸ਼ਨ ਹੈਗੀ ਹੈ ਜੀ, ਬਟ ਜਿਹੜੀ ਸੋਝੀ ਹੈ, ਵਿਜ਼ਡਮ ਕਮਸ ਫਰੋਮ ਯੂਅਰ ਅਦਰ ਥਿੰਗ, ਯੂ ਨੋ ਜੀ। ਅਤੇ ਜੋ ਗੁਰੂ ਮਹਾਰਾਜ ਦੱਸਿਆ ਸਾਨੂੰ,
ਕੁਝ ਦੱਸਿਆ ਅਗਰ ਉਸ ਰਸਤੇ ਚੱਲਣਗੇ ਤਾਂ ਉਹ ਵਿਜ਼ਮ ਤਾਂ ਆਪੇ ਆ ਜਾਏਗੀ ਇੰਟਰਚੀਜ਼ ਬਹੁਤ ਥਿੰਗ ਵਰਕ ਟੂਗੈਦਰ ਜੀ ਉਹ ਕਦੇ ਵੀ ਜ਼ਿੰਦਗੀ ਕਦੇ ਕਾਮ ਮਤਲਬ ਹਾਰ ਨਹੀਂ ਸਕਦਾ ਭਾਵੇਂ ਕੁਛ ਹੀ ਕਰੇਗਾ ਉਹ ਹਾਲ ਵੀ ਵਾਏਗਾ ਫਾਰਮ ਵੀ ਕਰੇਗਾ ਕੁਛ ਹੋਰ ਛੋਟੇ ਕੰਮ ਕਰੇਗਾ ਬਟ ਅਗਰ ਉਹਦੀ ਸਿੰਸੀਅਰਿਟੀ ਹੋਏਗੀ ਉਹ ਆਪਣਾ ਗੁਰੂ ਦਾ ਜਾਂ ਦੱਸਿਆ ਮਾਰੇ ਕੋਲ ਚੱਲੇਗਾ ਸੋ ਹੀ ਮੋਰ ਸਕਸੈਸਫੁਲ ਜੀ ਦੈਟਸ ਮਾਈ ਪਰਸਨਲ ਫੀਲਿੰਗ ਜੀ 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 ਤੇ ਤੁਹਾਡੇ ਖਿਆਲ 'ਚ the mission of providing a spiritual education jo apni guru granth sahib di teaching hai gi ode vich apne bachyan nu padha ke te as well as jo apni modern education hundi hai jo baki schoolan ch mildi e da combination unhan nu mil raha hai badu sahib te oh to main keh raha de ohna to milda na dohan milda ji 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 just they got that ji ji te ode da sara fayda hai dekho hun jo bache ਜਿਸ ਤਰ੍ਹਾਂ ਕਿ ਸਾਰੇ ਮੈਂ ਜਿਸ ਡਾਕਟਰ ਸਾਹਿਬ ਦੱਸ ਰਹੇ ਸੀ ਕਿ ਸਵੇਰੇ 8 ਵਜੇ ਤੋਂ 9 ਵਜੇ ਤੱਕ ਸਵੇਰੇ ਉਹ ਸਾਰੇ ਪਾਠ ਕਰਦੇ ਨੇ ਸੋ ਲਿਆ ਅਰਾਊਂਡ 70,000 ਸੋ ਉਹ ਦੇਖੋ ਨਾ ਉਹ ਵੀ ਤਾਂ ਰੀਸਾਈਟ ਕਰਦੇ ਉਸਨੂੰ ਰੱਬ ਨੂੰ ਯਾਦ ਕਰਦੇ ਰੱਬ ਵੀ ਤਾਂ ਸੁਣਦਾ ਹੈ ਨਾ ਕਿ ਵਨ ਡੇ ਹੀ ਵਿਲ ਲਿਸਨ ਸੋ ਹੀ ਲਿਸਨਸ ਅਤੇ ਉਹ ਤਾਂ ਨਹੀਂ ਸੁਣਦਾ ਨਹੀਂ ਹੀ ਨੋਜ਼ ਐਵਰੀਥਿੰਗ ਜੀ ਅਤੇ ਡਾਕਟਰ ਰੈਨਾ ਸੱਤੀ ਜੀ ਜੋ ਆਪਣੇ ਆਡੀਅੰਸ ਬੈਠੇ ਤੁਹਾਨੂੰ ਵੇਖ ਰਹੇ ਹੋਣ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਕਿਸ ਤਰ੍ਹਾਂ ਉਹ ਜੁੜ ਸਕਦੇ ਹੈ ਇਨਵੋਲਵ ਹੋ ਸਕਦੇ ਇਸ ਸੰਸਥਾ ਨਾਲ ਅਤੇ ਕੀ ਬੈਨੀਫਿਟ ਆਪਣੀ ਪੰਜਾਬ ਦੀ ਕਮਿਊਨਿਟੀ ਜਾਂ ਉੱਥੇ ਦੇ ਜੋ ਨੀਡੀ ਕੇਸਿਸ ਹੈਗੇ ਭਾਵੇਂ ਉਹ ਫਾਰਮਰਸ ਹੋਣ ਭਾਵੇਂ ਉਹ ਬੱਚੇ ਹੋਣ ਭਾਵੇਂ ਉਹ ਵਿਮੈਨਸ ਇੰਪਾਵਰਮੈਂਟ ਦੀ ਸਾਈਡ 'ਤੇ ਹੋਣ ਇਨਵਾਇਰਮੈਂਟਲ ਇਸ਼ੂਜ਼ 'ਤੇ ਹੋਣ ਕਿਸ ਤਰ੍ਹਾਂ ਇਹ ਸੰਸਥਾ ਇਹ ਸਾਰੇ ਕੰਮਾਂ ਵਿੱਚ ਇਨਵੋਲਵ ਹੈ ਅਤੇ ਕਿਸ ਤਰ੍ਹਾਂ ਅਗਰ ਕੋਈ ਜੁੜਨਾ ਚਾਹੁੰਦਾ ਹੈ ਕੀ ਉਹਨਾਂ ਨੂੰ ਕਰਨਾ ਚਾਹੀਦਾ ਹੈ ਦੇਖੋ ਜੀ ਹੁਣ ਜਿਹੜਾ ਪੰਜਾਬ ਦੀ ਜਿਸ ਲਈ ਹਾਲਤ ਹੈਗਾ ਉੱਥੇ ਡਰੱਗਸ ਬਹੁਤ ਨੇ ਉਸ ਤੋਂ ਬਾਅਦ ਜਿਹੜਾ ਅਲਕੋਹਲ ਬਹੁਤ ਜ਼ਿਆਦਾ ਯੂਜ਼ ਕਰਦੇ ਨੇ ਕੰਜ਼ਪਸ਼ਨ ਬਹੁਤ ਜ਼ਿਆਦਾ ਔਰ ਜਦੋਂ ਇਹ ਦੋ ਚੀਜ਼ਾਂ ਤੁਹਾਡਾ ਅਧਿਆਤਮ ਅਤੇ ਐਜੂਕੇਸ਼ਨ ਜਿਸ ਗੁੱਡ ਐਜੂਕੇਸ਼ਨ ਕਹਿੰਦੇ ਅਸੀਂ ਅਤੇ ਉਹ ਦੋ ਚੀਜ਼ਾਂ ਇਕੱਠੇ ਹੋ ਜਾਣਗੀਆਂ ਉਹਨੇ ਇੰਨੀ ਸੋਝੀ ਹੋਈ ਕਿ ਇਸ ਚੀਜ਼ ਨੂੰ ਅਸੀਂ ਯੂਜ਼ ਕਰੀਏ ਨਾ ਕਰੀਏ ਸੋ ਦੇ ਵਿਲ ਫਰੀ ਆਫ ਦੋਜ਼ ਡਰੱਗਸ ਆਰ ਥਿੰਗ ਹੁਣ ਜਿਸ ਤਰ੍ਹਾਂ ਉੱਥੇ ਗੌਰਮੈਂਟ ਕਰ ਰਹੀ ਹੈ ਜੋਸ਼ ਕਰ ਰਹੀ ਹੈ ਬਟ ਆਈ ਡੋਂਟ ਥਿੰਕ ਦੈਟਸ ਵਰਕਿੰਗ ਰਾਈਟ ਨਾਓ ਸੋ ਇਸ ਚੀਜ਼ ਦਾ ਸੋ ਮਚ ਪ੍ਰੋਬਲਮ ਪੰਜਾਬ ਸੋ ਸਾਡੀ ਜਿਹੜੀ ਮਤਲਬ ਕਿ ਯੰਗ ਜਨਰੇਸ਼ਨ ਕਮ ਜਨਰੇਸ਼ਨ ਉਹ ਸਾਰੀ ਖਤਮ ਹੋ ਰਹੀ ਹੈ ਜੀ ਸੋ ਇਹ ਐਜੂਕੇਸ਼ਨ ਦਾ ਜਿਹੜਾ ਉਪਰਾਲਾ ਇਹ ਬਹੁਤ ਵੱਡਾ ਉਪਰਾਲਾ ਸੋ ਜਿਸ ਤਰ੍ਹਾਂ ਕਿ ਤੁਸੀਂ ਬੜੀ ਸਾਲ ਪਿੰਡਾਂ ਵਿੱਚ ਕਰ ਰਹੇ ਹੋ ਸੋ ਪਿੰਡਾਂ ਵਿੱਚ ਵੀ ਬੱਚੇ ਉਹਨਾਂ ਨੂੰ ਐਜੂਕੇਸ਼ਨ ਮਿਲੇਗੀ ਅੱਗੇ ਕਮ ਫਾਰਵਰਡ ਯੂ ਨੋ ਅਤੇ ਕੱਲ੍ਹ ਉਹ ਫਿਰ ਦੇ ਵਿਲ ਟੇਕ ਕੇਅਰ ਆਫ ਦਾ ਕੰਟਰੀ ਨੈਸ਼ਨ ਔਰ ਪੰਜਾਬ ਜੋ ਵੀ ਤੁਸੀਂ ਕਹਿ ਲਓ ਜੀ ਯਾ ਸੋ ਇਸ ਇਜ਼ ਅ ਯੂ ਨੋ ਬਿਗ ਬੈਨੀਫਿਟ ਸੋ ਆਪਾਂ ਸਾਰੇ ਮਿਲ ਕੇ ਉਪਰਾਲਾ ਮਾਰੀਏ ਇਕੱਠੇ ਹੋ ਕੇ ਸਾਰੇ ਇਹਨਾਂ ਦੀ ਮਦਦ ਕਰੀਏ ਬੜੀ ਸਾਹਿਬ ਦੀ ਉਹਦੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਬਹੁਤ ਪੈਸੇ ਦੇ ਰਹੇ ਤੁਸੀਂ ਉਹਨਾਂ ਨੂੰ ਇਨਕਰੇਜਮੈਂਟ ਹੀ ਕਰੋ ਆਪਣੇ ਕੋਈ ਨਹੀਂ ਤੁਸੀਂ 100 ਡਾਲਰ ਦੇ ਜਾਓ ਕੁਛ ਮਤਲਬ ਡਜ਼ਨਟ ਮੈਟਰ ਕਿੰਨਾ ਤੁਸੀਂ ਕਰੋਗੇ ਬਟ ਇਹ ਹੈ ਕਿ ਤੁਸੀਂ ਅਗਰ ਉਹਨਾਂ ਦਾ ਇਹਨੂੰ ਇਨਕਰੇਜ ਹੀ ਕਰੋ ਤਾਂ ਉਹ ਵੀ ਬਹੁਤ ਆ ਮਤਲਬ ਉਹਦੇ ਨਾਲ ਤਾਂ ਇਹ ਸੰਸਥਾ ਅੱਗੇ ਵਧੇਗੀ ਜੀ ਸੋ ਮੇਰਾ ਇਹੋ ਕਹਿਣਾ ਜੀ ਕਿ ਸਾਰੇ ਆਪਾਂ ਇਹਨਾਂ ਦੀ ਮਦਦ ਕਰੀਏ ਐਂਡ ਤੇ ਅਗਰ ਤੁਸੀਂ ਇਨਕਰੇਜ ਨਹੀਂ ਕਰ ਸਕਦੇ ਤਾਂ ਡਿਸਕਰੇਜ ਵੀ ਨਾ ਕਰੋ ਰਾਈਟ ਯੈਸ ਯੈਸ ਬਿਲਕੁਲ ਬਿਲਕੁਲ ਵੈਲ ਥੈਂਕ ਯੂ ਸੋ ਮੱਚ ਤੁਹਾਡੇ ਦੋਨਾਂ ਦਾ ਇਸ ਸ਼ੋਅ ਵਿੱਚ ਤੁਸੀਂ ਸਾਡੇ ਲਈ ਟਾਈਮ ਕੱਢਿਆ ਐਂਡ ਜੋ ਇਸ ਕਲੀਵਲੈਂਡ ਕਮਿਊਨਿਟੀ ਦਾ ਹਿੱਸਾ ਰਿਹਾ ਹੈ ਇਸ ਬੜੂ ਸਾਹਿਬ ਔਰਗਨਾਈਜੇਸ਼ਨ ਦੀ ਪ੍ਰੋਗਰੈਸ ਵਿੱਚ ਇਹ ਤਾਂ ਇਟਸ ਸਮਥਿੰਗ ਦੈਟ ਕੈਨ ਬੀ ਪੁਟ ਇਨ ਟੂ ਸਿੰਪਲ ਵਰਡਸ ਬਟ ਇਟ ਇਜ਼ ਸਟਿਲ ਅ ਕੰਟਰੀਬਿਊਸ਼ਨ ਆਫ ਜਿੱਦਾਂ ਕਹਿੰਦੇ ਨੇ ਬਿਗ ਇੰਪੋਰਟੈਂਸ ਸੋ ਥੈਂਕ ਯੂ ਫੋਰ ਦੈਟ ਐਂਡ ਮੈਂ ਸਾਰੀ ਆਡੀਅੰਸ ਨੂੰ ਦੱਸਣਾ ਚਾਹਾਂਗੀ ਜੋ ਕਲੀਵਲੈਂਡ ਦੀ ਇੱਥੇ ਆਪਣੀ ਸਪੋਰਟ ਹੈਗੀ ਬੜੂ ਸਾਹਿਬ ਲਈ ਉਹ ਸਭ ਇਟ ਵਾਜ਼ ਵਨ ਆਫ ਦਾ ਫਸਟ ਸਿਟੀਜ਼ ਟੂ ਕਮ ਆਊਟ ਐਂਡ ਸਪੋਰਟ ਦਾ ਔਰਗਨਾਈਜੇਸ਼ਨ ਮੁਕਤਾ ਜੀ ਜਦੋਂ ਸ਼ੁਰੂ ਹੋਏ ਸੀ ਸੰਸਥਾ ਨਾਲ ਉਹ ਸਭ ਤੋਂ ਪਹਿਲੇ ਕਲੀਵਲੈਂਡ ਤੋਂ ਹੀ ਸ਼ੁਰੂ ਹੋਏ ਸੀ ਅਤੇ ਉਸ ਟਾਈਮ ਵੀ ਡਾਕਟਰ ਅਤੇ ਮਿਸਿਸ ਰੈਨਾ ਨੇ ਉਹਨਾਂ ਲਈ ਆਪਣਾ ਹੋਮ ਖੋਲ੍ਹਿਆ ਅਤੇ ਆਪਣੀ ਪੂਰੀ ਉਹਨਾਂ ਨੂੰ ਫੁੱਲ ਫਲੈਜ ਹੈਲਪ ਦਿੱਤੀ ਅਤੇ ਹਾਲੇ ਤੱਕ ਆਫਟਰ ਆਲ ਦੀਜ਼ ਈਅਰਸ ਦੇ ਆਰ ਸਟਿਲ ਹੈਲਪਿੰਗ ਐਂਡ ਹਾਂਜੀ ਹੋਰ ਵੀ ਕਈ ਹੈਗੇ ਨੇ ਹਾਂਜੀ ਇੱਥੇ ਕਾਫੀ ਇੱਦਾਂ ਦੇ ਹਸਤੀਆਂ ਜਿਨ੍ਹਾਂ ਨੇ ਬਹੁਤ ਟਾਈਮ ਅਤੇ ਬਹੁਤ ਰੀਸੋਰਸਿਸ ਕੰਟਰੀਬਿਊਟ ਕੀਤੇ ਇਸ ਪਾਸੇ ਐਂਡ ਫੋਰ ਦੈਟ ਵੀ ਦ ਇੰਟਾਇਰ ਔਰਗਨਾਈਜੇਸ਼ਨ ਇਜ਼ ਵੈਰੀ ਥੈਂਕਫੁਲ ਐਂਡ ਸਿਰਫ ਇਹੀ ਮੈਂ ਇੱਕ ਲਾਸਟ ਚੀਜ਼ ਕਹਿਣਾ ਚਾਹੁੰਦੀ ਹਾਂ ਐਪੀਸੋਡ 'ਤੇ ਰੈਪ ਅਪ ਕਰਨ ਲਈ ਵੀ ਆਰ ਓਨਲੀ ਐਜ਼ ਸਟਰੋਂਗ ਐਜ਼ ਆਰ ਵੀਕੈਸਟ ਲਿੰਕ ਅਗਰ ਜੋ ਆਪਣੀ ਕਮਿਊਨਿਟੀ 'ਚ ਆਪਣੇ ਸੁਸਾਇਟੀ 'ਚ ਸਭ ਤੋਂ ਵੀਕ ਹੁੰਦੇ ਅਗਰ ਆਪਾਂ
ਉਹਨਾਂ ਦੀ ਮਦਦ ਕਰ ਸਕਦੇ ਹਾਂ ਦੈਨ ਵੀ ਵਿਲ ਇੰਪਰੂਵ ਐਜ਼ ਅ ਹੋਲ ਸੋ ਇਸ ਗੱਲ ਦੇ ਨਾਲ ਮੈਂ ਇੱਥੇ ਤੁਹਾਡੀ ਇਜਾਜ਼ਤ ਮੰਗਦੀ ਹਾਂ ਥੈਂਕ ਯੂ ਫੋਰ ਵਾਚਿੰਗ ਦਿਸ ਵਾਜ਼ ਏ ਸਪੈਸ਼ਲ ਐਪੀਸੋਡ ਆਫ ਵਿੱਚ ਦੁਨੀਆ ਸੇਵ ਕਮਾਈਏ ਫਰੋਮ ਵੈਸਟ ਲੇਕ ਓਹਾਇਓ ਤੁਸੀਂ ਇੱਦਾਂ ਹੀ ਸਾਡੇ ਨਾਲ ਜੁੜੇ ਰਹੋ ਵਿਲ ਬੀ ਬੈਕ ਵਿਦ ਅਨਦਰ ਗ੍ਰੇਟ ਐਪੀਸੋਡ ਸਟੇ ਟਿਊਨਡ